समरथ गुरु निरंकार गुरु पूजा अगम कपाल वाहिगुरु
ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਪੀਰਾ ਵੱਡਵੇਂ ਸਾਹਿਬਾ ਗਹਿਰ ਗੰਭੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਪੀਰਾ ਦੁਨੀਆਂ ਦੇ ਵਿੱਚ ਕੋਈ ਵੀ ਪੂਰਨ ਰੂਪ ਦੇ ਵਿੱਚ ਵਾਹਿਗੁਰੂ ਨੂੰ ਜਾਣ ਨਹੀਂ ਸਕਦਾ ਅੰਸ਼ਕ ਰੂਪ ਜਿੰਨਾ ਜਿੰਨਾ ਵਾਹਿਗੁਰੂ ਦਾ ਇਹਨਾਂ ਨੇ ਦਰਸ਼ਨ ਕੀਤਾ ਉਹਨਾਂ ਉਹਨਾਂ ਸੰਸਾਰ ਨੂੰ ਦਰਸਾ ਤੇ ਬਾਬਾ ਜੀ ਕਹਿੰਦੇ ਨੇ ਪੂਰਨ ਰੂਪ ਦੇ ਵਿੱਚ ਤੇਰਾ ਕਿੱਡਾ ਚੀਰਾ ਹੈ ਤੇਰਾ ਰੂਪ ਕਿਹੋ ਜਿਹਾ ਹੈ ਉਹਨੂੰ ਕੋਈ ਵੀ ਨਹੀਂ ਜਾਣ ਸਕਦਾ ਤੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਧਰਮਾਂ ਦੇ ਵੱਡੇ ਵੱਡੇ ਮਹਾਂਪੁਰਖ ਸਨ ਬਾਬਾ ਫਰੀਦ ਜੀ ਉਹ ਮੁਸਲਮਾਨ ਉਹਨਾਂ ਨੇ ਜੋ ਮੁਸਲਮਾਨ ਮਤ ਦੇ ਵਿੱਚ ਰਹਿ ਕੇ ਦੇਖਿਆ ਵਾਹਿਗੁਰੂ ਦਾ ਸਰੂਪ ਉਹਨੂੰ ਵੀ ਨਾਲ ਲੈ ਗਿਆ ਜੋ ਹਿੰਦੂਆਂ ਦੇ ਵਿੱਚੋਂ ਸਨ ਭਗਤ ਨਾਮਦੇਵ ਜੀ ਜੈਦੇਵ ਜੀ ਉਹਨਾਂ ਨੇ ਦੇਖਿਆ ਰੂਪ ਵਾਹਿਗੁਰੂ ਦਾ ਜਿੰਨਾ ਕੁ ਦੇਖਿਆ ਉਹਨਾਂ ਨੂੰ ਵੀ ਨਾਲ ਲਿਆ ਜੋ ਕੁਛ ਸਤਿਗੁਰਾਂ ਨੇ ਆਪ ਦੇਖਿਆ ਦਸਾਂ ਰੂਪਾਂ ਦੇ ਵਿੱਚ ਉਹ ਵੀ ਦਰਜ ਕਰ ਦਿੱਤਾ ਜੋ ਰਾਜਾ ਹੁਣ ਰਾਜ ਕਰਨ ਵਾਲਾ ਉਹਦਾ ਵੱਖਰਾ ਧਿਆਨ ਧਰਮ ਦਾ ਤੰਗ ਹੈ ਰਾਜੇ ਨੇ ਉਹ ਦੁਨੀਆਂ ਨੂੰ ਹੋਰ ਤਰੀਕੇ ਨਾਲ ਦੇਖ ਰਹੇ ਵਾਹਿਗੁਰੂ ਨੂੰ ਹੋਰ ਤਰੀਕੇ ਨਾਲ ਦੇਖ ਰਹੇ ਜੋ ਕੁਛ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਆਇਆ ਭਗਤ ਦੀਪਾ ਜੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਭਗਤ ਦੀਪਾ ਜੀ ਨੂੰ ਨਾਲ ਬਿਠਾ ਲਿਆ ਤੇ ਜੋ ਭਗਤ ਰਵਿਦਾਸ ਜੀ ਨੂੰ ਪ੍ਰਾਪਤ ਹੋਇਆ ਗਰੀਬੀ ਦਾਅਵੇ ਦੇ ਵਿੱਚ ਹੁਣ ਦੁਨੀਆਂ ਦੇ ਲੋਕ ਨੇ ਜਿਹੜੇ ਗਰੀਬ ਰਹਿਣ ਵਾਲੇ ਕਿ ਗਰੀਬੀ ਦੇ ਵਿੱਚ ਅਸੀਂ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ ਸਤਿਗੁਰੂ ਜੀ ਕਹਿੰਦੇ ਨਹੀਂ ਗਰੀਬ ਵੀ ਪ੍ਰਾਪਤ ਕਰ ਸਕਦੇ ਹਨ ਗਰੀਬਾਂ ਦਾ ਪ੍ਰਤੀਨਿਧ ਭਗਤ ਰਵਿਦਾਸ ਜੀ ਬੈਠੇ ਇਹ ਗਰੀਬੀ ਦਾਅਵਾ ਹੈ ਜੋ ਕੁਝ ਗਰੀਬੀ ਦੇ ਵਿੱਚ ਜਿਹਨਾਂ ਗਰੀਬਾਂ ਨੇ ਸੰਸਾਰ ਨੂੰ ਦੇਖਿਆ ਨਿਰੰਕਾਰ ਨੂੰ ਦੇਖਿਆ ਉਹੀ ਦਾਤ ਉਹਨਾਂ ਨੇ ਬਾਣੀ ਦੇ ਵਿੱਚ ਦਰਜ ਕੀਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਰਵਿਦਾਸ ਜੀ ਨੂੰ ਵੀ ਆਪਣੇ ਨਾਲ ਬਿਠਾ ਲਿਆ ਸੋ ਇੱਕ ਸਮੂਹਕ ਸੰਸਾਰ ਦਾ ਜਿਹੜਾ ਜਿਹਨੂੰ ਆਪਾਂ ਕਹਿ ਲਈਏ ਯੂਨੀਵਰਸਲ ਕਲਚਰ ਯੂਨੀਵਰਸਲ ਸਪਿਰਚੁਅਲ ਜਿਹੜਾ ਹੈਰੀਟੇਜ ਆ ਸਾਡਾ ਉਹ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜੇ ਦੁਨੀਆਂ ਦੇ ਲੋਕ ਚਾਹੁੰਦੇ ਨੇ ਵੀ ਅਸੀਂ ਸਾਰੇ ਸੰਸਾਰ ਦੇ ਵਿੱਚ ਇਕੱਠੇ ਮਿਲ ਕੇ ਬੈਠ ਜਾਈਏ ਤਾਂ ਉਹ ਇੱਕੋ ਇੱਕ ਰੂਪ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ ਸਭਨਾਂ ਨੂੰ ਸਾਂਝਾ ਸਭੇ ਸਾਂਝੀ ਵਾਸ ਦਾਇਨ ਕੋਈ ਨਾ ਦਿਸਾ ਦੁਬਾਰਾ ਜੀ ਇੱਥੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਵੀ ਬੁੱਧੀ ਹੈ ਜਿਹੜਾ ਉਹ ਇੱਥੇ ਅੰਦਰ ਨਹੀਂ ਵੜ ਸਕਦਾ ਇੱਥੇ ਕਿਸੇ ਨੂੰ ਨਹੀਂ ਕਿਹਾ ਜਾਂਦਾ ਵੀ ਤੂੰ ਇੱਥੇ ਨਵਾਜ਼ ਨਹੀਂ ਪੜ੍ਹ ਸਕਦਾ ਕੋਈ ਆ ਕੇ ਲੰਗਰ ਛਕੇ ਕੋਈ ਆ ਕੇ ਕੀਰਤਨ ਸੁਣੇ ਜੇ ਵਾਹਿਗੁਰੂ ਦੀ ਉਤਪਤੀ ਕਰਨੀ ਸਹੀ ਤੋਂ ਟਾਈਮ ਹੋ ਜਾਂਦਾ ਤੇ ਫਿਰ ਇੱਥੇ ਹੀ ਨਹੀਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਮੱਕੇ ਦੇ ਵਿੱਚ ਜਾਓ ਸਾਊਦੀ ਅਰਾਬੀਆ ਦੇ ਵਿੱਚ ਉੱਥੇ 30-30 ਮੀਲ ਦੇ ਏਰੀਏ ਵਿੱਚ ਕੋਈ ਗੈਰ ਮੁਸਲਿਮ ਚਲਿਆ ਜਾਵੇ ਉਹ ਸਿਰ ਧੜ ਨਾਲ ਵੱਡ ਹੋ ਜਾਂਦਾ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਜੇ ਹਿੰਦੂ ਰਾਸ਼ਟਰ ਦੀ ਪ੍ਰਾਈਮ ਮਿਨਿਸਟਰ ਜਾਵੇ ਉਹਨੂੰ ਵੀ ਵੱਡ ਨਹੀਂ ਦਿੱਤਾ ਜਾਂਦਾ ਪਰ ਧੰਨ ਹਨ ਗੁਰੂ ਨਾਨਕ ਸਾਹਿਬ ਇੱਥੇ ਚਾਰ ਦਰਵਾਜ਼ੇ ਰੱਖੇ ਨੇ ਕੋਈ ਦੁਨੀਆਂ ਦਾ ਬੰਦਾ ਚਲਿਆ ਜਾਵੇ ਹਰੇਕ ਨੂੰ ਰਹਿਣ ਦੇ ਲਈ ਥਾਂ ਕੀਰਤਨ ਸੁਣਨ ਲਈ ਰੂਹ ਦੀ ਖੁਰਾਕ ਅਤੇ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਜਿਹੜਾ ਪਵਿੱਤਰ ਅਸਥਾਨ ਆ ਉੱਥੇ ਕੋਈ ਵੀ ਜਾ ਕੇ ਕੀਰਤਨ ਸੁਣ ਸਕਦਾ ਕਿਸੇ ਨੂੰ ਮਰਨ ਜੋ ਇਹ ਦਾਨ ਸਤਿਗੁਰੂ ਨੇ ਦਿੱਤਾ ਹੈ ਇਹ ਸਭਨਾਂ ਨੂੰ ਤੂੰ ਸਭਨਾਂ ਦਾ ਪਿਤਾ ਹੈ ਜੇ ਪਿਤਾ ਕਿਹਾ ਹੈ ਤਾਂ ਸਾਰਿਆਂ ਦਾ ਹੀ ਪਿਤਾ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਕਹਿੰਦੇ ਸੋ ਹੁਣ ਆਈ ਅੱਜ ਦੇ ਵਿਸ਼ੇ ਵੱਲ ਆਪ ਸਭਨਾਂ ਨੇ ਟੀ ਵੀ 'ਤੇ ਵੀ ਸਰਵਣ ਕੀਤਾ ਹੋਵੇਗਾ ਵੀ 233 ਸਾਲ ਹੋ ਗਏ ਜਦੋਂ ਖਾਲਸੇ ਨੇ ਦਿੱਲੀ 'ਤੇ ਰਾਜ ਕੀਤਾ ਹੈ ਸਿੱਖਾਂ ਦਾ ਜਿਹੜਾ ਜੋਰ ਤਪ ਹੈ ਜਿਹੜਾ ਜਿੰਨਾ ਚਿਰ ਤੱਕ ਸਿੱਖਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਰਹਿਤ ਮਰਿਆਦਾ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਗੁਰੂਆਂ ਨੂੰ ਆਪਣੇ ਹਿਰਦੇ ਅੰਦਰ ਸਤਿਗੁਰਾਂ ਦੇ ਚਰਨਾਂ ਨੂੰ ਹਿਰਦੇ ਅੰਦਰ ਵਸਾਇਆ ਸਿੱਖ ਵੱਧਦੇ ਹੀ ਰਹੇ ਪਰ ਜਦੋਂ ਜਾਇਦਾਦ ਦਾ ਹੰਕਾਰ ਆ ਗਿਆ ਉਹ ਸਾਡੀ ਗਿਰਾਵਟ ਸ਼ੁਰੂ ਹੋ ਜਾਂਦੀ ਝਗੜੇ ਸ਼ੁਰੂ ਹੋ ਜਾਂਦੇ ਇਹ ਸਮਾਂ ਉਹ ਹੈ ਮਿਸਲਾਂ ਦਾ ਜਦੋਂ ਸਿੱਖਾਂ ਦੀਆਂ 12 ਮਿਸਲਾਂ ਬਣੀਆਂ 12 ਮਿਸਲਾਂ ਦੇ ਵਿੱਚੋਂ ਸਤਲੁਜ ਤੋਂ ਪਾਰ ਜਲੰਧਰ ਤੋਂ ਲਾ ਕੇ ਪੀਲੀਭੀਤ ਤੱਕ ਅਲੀਗੜ੍ਹ ਤੱਕ ਅਬਾਲੇ ਉੱਪਰੇ ਤੱਕ ਸਾਰਾ ਜਿਹੜਾ ਇਲਾਕਾ ਇਸ ਇਲਾਕੇ ਦੇ ਉੱਤੇ ਇੱਕ ਮਿਸਲ ਦਾ ਕਬਜ਼ਾ ਸੀ ਜਿਹਨੂੰ ਕਹਿੰਦੇ ਕਰੋੜ ਸਿੰਘੀਆਂ ਮਿਸਲ ਕਰੋੜ ਸਿੰਘੀਆਂ ਮਿਸਲ ਸੀ ਇਹ ਇਸ ਮਿਸਲ ਦਾ ਮੁੱਢ ਕਿੱਥੋਂ ਸ਼ੁਰੂ ਹੋਇਆ ਇੱਕ ਕਰੋੜੀ ਮੱਲ ਸੇਠ ਸੀ ਉਹਦਾ ਨਾਮ ਸੀ ਕਰੋੜੀ ਮੱਲ ਹੈ ਵੀ ਉਹਦੇ ਕੋਲ ਕਰੋੜਾਂ ਰੁਪਈਏ ਸੀ ਅਤੇ ਉਹ ਸਿੱਖਾਂ ਦੇ ਜੱਥਿਆਂ ਨੂੰ ਦੇਖਦਾ ਰਿਹਾ ਸਿੱਖਾਂ ਦੇ ਦਰਸ਼ਨ ਕਰਦਾ ਰਿਹਾ ਅਤੇ
ਉਹਦੇ ਮਨ ਦੇ ਉੱਤੇ ਬੜਾ ਪ੍ਰਭਾਵ ਪੈ ਗਿਆ। ਹੁਣ ਜਿਹੜਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਂਦਾ ਹੈ ਸਤਿਗੁਰਾਂ ਦੇ ਉਸ ਅਸਥਾਨ ਤੇ ਸ਼ਰਧਾ ਨਾਲ ਪਿਆਰ ਨਾਲ ਜਾਂਦਾ ਹੈ, ਗੁਰੂ ਕਿਰਪਾ ਕਰਦੇ ਹਨ, ਉਹਦਾ ਮਨ ਬਦਲ ਜਾਂਦਾ ਹੈ। ਵੱਡੇ ਵੱਡੇ ਲੋਕ ਬਦਲਦੇ, ਇਹਦਾ ਮਨ ਵੀ ਬਦਲ ਗਿਆ ਤੇ ਇਹਨੇ ਖਾਲਸੇ ਦੇ ਹੱਥੋਂ ਅੰਮ੍ਰਿਤ ਛਕ ਲਿਆ। ਨੌ ਬਣ ਗਿਆ ਕਰੋੜ ਸਿੰਘ, ਕਰੋੜ ਸਿੰਘ ਇਹਦਾ ਨਾਮ ਬਣ ਗਿਆ ਕਰੋੜ ਸਿੰਘ। ਤੇ ਮਿਸਲਾਂ ਦੇ ਵਿੱਚ ਜਦੋਂ ਕਿਸੇ ਨੂੰ ਪੈਸੇ ਦੀ ਲੋੜ ਪੈਣੀ ਤਾਂ ਇਸ ਮਿਸਲ ਨੇ ਖੁੱਲ੍ਹ ਕੇ ਦਾਨ ਕਰਨਾ, ਗੁਰਦੁਆਰਾ ਦੀ ਸੇਵਾ ਲਈ ਦਾਨ ਕਰਨਾ, ਗਰੀਬਾਂ ਲਈ ਖੁੱਲ੍ਹ ਕੇ ਦਾਨ ਕਰਨਾ। ਅਤੇ ਤਲਵਾਰ ਵਾਹੁੰਦੇ ਵਾਹੁੰਦੇ ਇਹਨਾਂ ਨੇ ਸਾਰਾ ਇਲਾਕਾ ਜਿਹੜਾ ਜਲੰਧਰ ਤੋਂ ਲਾ ਕੇ ਪੀਲੀਭੀਤ ਤੱਕ, ਅਲੀਗੜ੍ਹ ਤੱਕ, ਦਿੱਲੀ ਦੇ ਆਲੇ ਦੁਆਲੇ ਜਾਟ, ਰਾਜਪੂਤ, ਰੋਹੇਲੇ ਸਾਰਿਆਂ ਨੂੰ ਇਹਨਾਂ ਨੇ ਦਬਾ ਦਿੱਤਾ। ਅਤੇ ਇਸ ਮਿਸਲ ਦੇ ਵਿੱਚ ਸਰਦਾਰ ਬਘੇਲ ਸਿੰਘ ਆ ਗਏ। ਸਰਦਾਰ ਬਘੇਲ ਸਿੰਘ ਸਨ ਜਿਹੜੇ ਇਹ ਝਵਾਲ ਦੇ ਜੰਪਲ ਸਨ, ਨਾਮ ਬਾਣੀ ਨਾਲ ਰਸੇ ਹੋਏ, ਨਾਮ ਬਾਣੀ ਨਾਲ ਰੰਗੇ ਹੋਏ, ਨਿਤ ਨੇਮੀ ਗੁਰੂ ਦੇ ਉੱਤੇ ਪੂਰਨ ਸ਼ਰਧਾ ਵਾਲੇ ਗੁਰਮੁਖ, ਅਤੇ ਸਿਰਫ ਜੰਗ ਦੇ ਵਿੱਚ ਤਲਵਾਰ ਵਾਹੁਣ ਵਾਲੇ ਨਹੀਂ ਸੀ, ਬਾਣੀ ਦੇ ਨਿਤ ਨੇਮੀ ਅਤੇ ਸਿੱਖੀ ਦੇ ਪ੍ਰਚਾਰ ਵਿੱਚ ਇਹਨਾਂ ਨੂੰ ਚਾਰ ਰਹਿੰਦਾ ਸੀ, ਅੰਮ੍ਰਿਤ ਛਕਾਉਣ ਦੇ ਵਿੱਚ ਗੁਰੂ ਸਨ। ਵੱਡੇ ਵੱਡੇ ਸਿੱਖਾਂ ਦੇ ਜਿਹੜੇ ਰਾਜੇ ਮਹਾਰਾਜੇ ਹੋਏ ਨੇ, ਸਰਦਾਰ ਬਘੇਲ ਸਿੰਘ, ਨਵਾਬ ਕਪੂਰ ਸਿੰਘ, ਇਹਨਾਂ ਦੇ ਹੱਥੋਂ ਅੰਮ੍ਰਿਤ ਛਕਣਾ ਵੱਡੇ ਭਾਗ ਸਮਝਦੇ ਸਨ। ਜਿਹਨਾਂ ਨੂੰ ਅੰਮ੍ਰਿਤ ਛਕਾ ਦਿੰਦੇ ਸਨ, ਕਹਿੰਦੇ ਇਦੋਂ ਵੱਡੇ ਭਾਗ ਕੋਈ ਨਹੀਂ, ਗੁਰਮੁਖ ਅੰਮ੍ਰਿਤ ਛਕਾ ਦੇ। ਏਡਾ ਇਹਨਾਂ ਦਾ ਉੱਚਾ ਜੀਵਨ ਸੀ ਅਤੇ ਹਰ ਵਕਤੇ ਸਿਰ ਤਲੀ ਦੇ ਉੱਤੇ ਧਰ ਕੇ ਗੁਰੂ ਦੀ ਸੇਵਾ ਲਈ ਤਤਪਰ ਰਹਿੰਦੇ ਸੀ। ਸੋ ਇਸ ਬੜੇ ਨੀਤੀਵਾਨ ਸਨ ਨਵਾਬ ਬਘੇਲ ਸਿੰਘ, ਸਰਦਾਰ ਕਪੂਰ ਸਿੰਘ ਅਤੇ ਸਰਦਾਰ ਬਘੇਲ ਸਿੰਘ, ਬੜੇ ਬੜੇ ਨੀਤੀਵਾਨ ਸਨ। ਅਤੇ ਇਹ ਦਿੱਲੀ ਦਾ ਇਲਾਕਾ ਜਿਹੜਾ ਉਸ ਇਲਾਕੇ ਦੇ ਵਿੱਚ ਵਿਚਰਦੇ ਰਹੇ। 1765 ਤੋਂ ਲਾ ਕੇ 1787 ਤੱਕ ਸਿੱਖਾਂ ਨੇ 15 ਵਾਰ ਦਿੱਲੀ ਦੇ ਉੱਤੇ ਕਬਜ਼ਾ ਕੀਤਾ, ਇੱਕ ਵਾਰ ਨਹੀਂ 15 ਵਾਰ। ਅਤੇ ਜਿਹੜੀ ਦਿੱਲੀ ਆ, ਜਦ ਦਿੱਲੀ ਦਾ ਇਤਿਹਾਸ ਆਪਾਂ ਦੇਖਦੇ ਹਾਂ, ਦਿੱਲੀ 1787 ਤੋਂ, ਇਹ ਮਿਸਲਾਂ ਦੇ ਵੇਲੇ ਦੀ ਗੱਲ ਹੈ, 1737 ਤੋਂ ਲਾ ਕੇ 1788 ਤੱਕ 51 ਵਾਰ ਦਿੱਲੀ ਹੈ ਜਿਹੜੀ ਉਹ ਉਜਾੜ ਛੱਡੀ ਸੀ ਫਬਲਿਆਂ ਨੇ। 51 ਵਾਰ ਦਿੱਲੀ ਉਜਾੜੀ ਗਈ, ਲੁੱਟੀ, ਇੰਨੇ ਵਾਰ ਇਹਦੇ ਉੱਤੇ ਹਮਲੇ ਹੋਏ, ਇੰਨੀ ਵਾਰ ਇਹਨੂੰ ਲੁੱਟਿਆ ਗਿਆ। ਪਰ ਜਿਹੜੇ ਸਿੱਖ ਸਰਦਾਰ ਸਨ, ਸਿੱਖਾਂ ਨੇ ਇਸ ਦਿੱਲੀ ਨੂੰ 15 ਵਾਰ ਇਹਦੇ ਉੱਤੇ ਕਬਜ਼ਾ ਕੀਤਾ। ਅਤੇ ਜਦੋਂ ਕਬਜ਼ਾ ਕੀਤਾ ਤਾਂ ਪਹਿਲੀ ਵਾਰ ਜਨਵਰੀ 1765 ਦੇ ਵਿੱਚ ਸਿੱਖ ਗਏ, ਸਰਦਾਰ ਬਘੇਲ ਸਿੰਘ ਪਹਿਲੀ ਵਾਰ ਜਨਵਰੀ ਦੇ ਵਿੱਚ ਗਏ ਨੇ। ਉੱਥੇ ਜਾ ਕੇ ਇਹਨਾਂ ਨੇ ਦਿੱਲੀ ਤੇ ਕਬਜ਼ਾ ਕੀਤਾ। ਤੇ ਦਿੱਲੀ ਤਾਂ ਇਉਂ ਸਮਝਦੇ ਸਨ ਸਰਦਾਰ ਵੀ ਦਿੱਲੀ ਇਹਨੂੰ ਜਦ ਮਰਜ਼ੀ ਜਿੱਤੀ। ਹੁਣ ਜਿਹੜੀ ਦਿੱਲੀ ਚੋਂ ਹੁਕਮ ਨਿਕਲਦੇ ਹਨ, ਜਿਹੜੀ ਦਿੱਲੀ ਦੇ ਵਿੱਚ ਇੰਨੇ ਕਤਲ ਹੁੰਦੇ ਹਨ, ਉਸ ਦਿੱਲੀ ਨੂੰ ਉਹਦੇ ਦਿੱਲੀ ਦੇ ਆਲੇ ਦੁਆਲੇ ਦਾ ਸਾਰਾ ਇਲਾਕਾ ਇਹਨਾਂ ਸਰਦਾਰਾਂ ਨੇ ਲਤਾੜ ਪਤਾੜ ਛੱਡਿਆ ਹੋਇਆ, ਐਸਾ ਹਾਲ ਦਿੱਲੀ ਦਾ ਕੀਤਾ। ਸੋ ਜਦੋਂ 1787 ਦੇ ਵਿੱਚ ਤਕਰੀਬਨ 231 ਸਾਲ ਪਹਿਲਾਂ ਇਹਨਾਂ ਨੇ ਦਿੱਲੀ ਜਿੱਤੀ, ਅਤੇ ਦਿੱਲੀ ਜਿੱਤ ਕੇ ਫਿਰ ਇਹਨਾਂ ਨੇ ਲਾਲ ਕਿਲ੍ਹੇ 'ਤੇ ਕਿਹਾ ਵੀ ਲਾਲ ਕਿਲ੍ਹੇ 'ਤੇ ਕਬਜ਼ਾ ਕਰ, ਕਿਉਂਕਿ ਆਲੇ ਦੁਆਲੇ ਦੇ ਜਿੰਨੇ ਸਨ ਜਾਬਤਾ ਥਾਂ ਰੋਹੇਲਾ ਸੀ, ਇਹ ਸਿੱਖਾਂ ਦੇ ਪ੍ਰਭਾਵ ਦੇ ਵਿੱਚ ਇੰਨਾ ਪ੍ਰਭਾਵ ਦੇ ਵਿੱਚ ਆ ਗਿਆ, ਜਾਬਤਾ ਥਾਂ ਰੋਹੇਲਾ ਸੀ, ਇਹਦੇ ਬਾਰੇ ਸਿੱਖਾਂ ਦੇ ਵਿੱਚ ਇਹ ਅਖਾਣ ਤੁਰ ਪਿਆ ਬਈ ਐਸਾ ਇੱਕ ਗੁਰੂ ਦਾ ਚੇਲਾ, ਆਧਾ ਸਿੱਖ ਆਧਾ ਰੋਹੇਲਾ, ਇਹ ਗੁਰੂ ਗੋਬਿੰਦ ਸਿੰਘ ਦਾ ਇਹੋ ਜਿਹਾ ਸਿੱਖ ਬਣਿਆ ਵੀ ਇਹ ਰੋਹੇਲੇ ਵਾਲੇ ਕੰਮ ਵੀ ਕਰ ਲੈਂਦਾ ਸੀ ਅਤੇ ਸਿੱਖਾਂ ਵਾਲੇ ਕੰਮ ਵੀ ਕਰ ਲੈਂਦਾ ਸੀ, ਇਹੋ ਜਿਹਾ ਸਿੱਖ ਬਣਿਆ। ਨਾ ਇਹਦਾ ਧਰਮ ਸਿੰਘ ਵੀ ਰੱਖਿਆ, ਇਹਦੇ ਲੜਕੇ ਦਾ ਨਾਂ ਪਿਆਰਾ ਸਿੰਘ ਰੱਖਿਆ, ਜਾਣੀ ਰੋਹੇਲੇ ਸਨ ਜਿਹੜੇ ਇਹ ਸਾਰੇ ਇੰਨੇ ਪ੍ਰਭਾਵਿਤ ਹੋ ਗਏ ਸਿੱਖਾਂ ਦੀ ਤਲਵਾਰ ਤੋਂ, ਸਿੱਖਾਂ ਤੋਂ, ਅਤੇ ਸਾਰੇ ਦੇ ਸਾਰੇ ਸਿੱਖੀ ਵੱਲ ਆਕਰਸ਼ਿਤ ਹੋ ਗਏ। ਸੋ ਇਹਨਾਂ ਨੇ ਏਡੇ ਨੀਤੀਵਾਨ ਸਨ ਸਰਦਾਰ ਬਘੇਲ ਸਿੰਘ, ਦਿੱਲੀ ਤੋਂ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਆਲਮ ਸ਼ਾਹ, ਉਹਨੇ ਫਰਜੰਦ ਖਾਂ ਆਪਣਾ ਜਿਹੜਾ ਲੜਕਾ ਸੀ ਵਜ਼ੀਰ ਨੂੰ ਕਿਹਾ ਵੀ ਜਾ ਕੇ ਜਿਹੜਾ ਪਟਿਆਲੇ ਦਾ ਰਾਜ ਹੈ ਬੜਾ ਵੱਡਾ, ਇਹ ਆਪਾਂ ਨੂੰ ਵਿਸਤਾ ਦੇਣ ਲੱਗਿਆ, ਪਟਿਆਲੇ ਦਾ ਰਾਜ ਜਿਹੜਾ ਵੀ ਇਸ ਰਾਜ ਦੇ ਵਿੱਚ ਜਾ ਕੇ ਤੂੰ ਇਉਂ ਕਰ, ਰਾਜ ਨੂੰ ਦੁਬਾਰਾ
जाके दरबार आज नूं ये बड़ा सानूं तंग करन लग्गिया। सो इहने की कीता सरदार भगेल सिंह, इहने नीतिवान साडे सिख सरदार सन, इहनां ने की कीता 1780 दे विच प्रजंड खां आलम दिल्ली दा बादशाह सी, उदों आ गिया ते उहदा लड़का सी प्रजंड खां, वजीर सीगा जिहड़ा अब्दुल्ला खां, उहनूं कह दित्ता वी तूं नाल जा, जाके पटियाले वाला राजा अमर सिंह जिहड़ा उहनूं दवाला जा। सो हुण जिहड़ा दिल्ली तों दा जलंधर तों ला के दिल्ली तक दा सारा इलाका सी जिहड़ा कि सरदार भगेल सिंह उहनां दे काबू विच, करोड़ सिंघियां मिस होईयां, 20,000 फौज इन्हां दे कोल हुंदी सी, तकड़े तकड़े घोड़ सवार हाथी भी सन। सरदार भगेल सिंह ने रास्ता जाण के शाली खाली छड़ दिता, बई लंघ जाण दे, नीतिवान देखो नीति सिंघां दी किवें करदी कम करदी है, रास्ता खाली छड़ता नहीं, लंघ जाण दे, लंघ गया। उन्हें कहा भी सिख तां डरदे ने, देखो फौज थोड़ी होनी है, किलियां 'च बड़े बैठे बड़े रहण दिओ, फौज डार डार करदा लंघ गया। जद पहुंचिया पटियाले ते सरदार भगेल सिंह ने सारी फौज नूं हुक्म करता, गोले सौ निहाल दे जकारे छड़ते भी पटियाले कूच कर, पटियाले कूच करके इधर पिछले पासे उहदा सारी फौज पटियाले ने घेर लिया, मूहरों महाराजा अमर सिंह ने घेर लिया, आले दुआले चारे पासे जद घेरा पिया होया, प्रजंड खां ने बादशाह दिल्ली दे बादशाह आलम शाह दे लड़के ने देखिया भी घेरा पिया होया, उहने कहा हुण तां कोई बचा नहीं है, ते उत्थे देखिया भी हुण दस पुत की बणू। तो उत्थे कहे उस प्रजंड खां ने घोड़े तो उतर के सरदार भगेल सिंह तो माफ़ी मंगी, ते कहिंदे इह जिहड़ी जंग होणी सी जंग दा हरजाना दे के जा, इहो जिहा नीतिवान जंग दा हरजाना लिया ते उह खाली करके तो उहदे घोड़े होके उहनूं तोड़ दित्ता, जा जा के दिल्ली वापस चले जा, इह जिहड़ी। दूजी बार फिर 1788 दे विच 7 साल बाद मरहट्टे सी जिहड़े, वैसे जिहड़े मरहट्टे ने जिहड़ा अबदाली सी, अबदाली ने पानीपत दे मैदान दे विच जिहड़ा चौथा पंजवां हमला होया, उहदे विच मरहट्टियां नूं इहो जिही कैड़ी चपेड़ मारी ना भई मरहट्टे मुड़ के उदों बाद पानीपत दे मैदान तों बाद मरहट्टे उठे नहीं सके, मुड़ के नहीं उठ सके उह जंग दे मैदान दे विच, ते दक्खण दे विच गुम हो गए मरहट्टे। ਅਤੇ ਜਿਹੜੇ ਅਬਦਾਲੀ ਸੀ, ਅਬਦਾਲੀ ਨੇ ਸੋਚਿਆ ਵੀ ਮਰਹੱਟਿਆਂ ਤਾਂ ਮੈਂ ਸਭ ਸਿਖਾਰਤਾ, ਜਿਹੜਾ ਵੱਡਾ ਘੱਲੂਕਾਰ ਆ, ਵੀ ਵੱਡੇ ਘੱਲੂਕਾਰ ਦੇ ਵਿੱਚ ਅੰਮ੍ਰਿਤਸਰ ਤੋਂ ਲਾਹੌਰ ਤੋਂ ਉਹਨੇ ਤੁਰਨਾ ਸੀ, ਲਾਹੌਰ ਦੇ ਵਿੱਚੋਂ ਤੁਰ ਕੇ ਅਹਿਮਦਗੜ੍ਹ ਤੱਕ ਸਿੱਖਾਂ ਦੀ ਵਜ਼ੀਰ ਬੈਠੀ, ਸਾਰੇ ਬੱਚਿਆਂ ਬੁੱਢਿਆਂ ਦੇ ਨਾਲ, ਸਰਦਾਰ ਜੱਸਾ ਸਿੰਘ, ਭਗੇਲ ਸਿੰਘ ਸਾਰੇ ਬੈਠੇ ਸੀ ਇੱਥੇ। ਸੋ ਹਫ਼ਤਾ ਲੱਗ ਜਾਂਦਾ, 10 ਦਿਨ ਲੱਗ ਜਾਂਦੇ ਨੇ ਆਉਣ ਨੂੰ, ਪਰ ਉਹਨੇ ਇੰਨੇ ਤੇਜ਼ ਘੋੜੇ ਦੌੜਾਏ ਕਿ ਉਹ ਦੋਹਾਂ ਤਿੰਨਾਂ ਦੇ ਵਿੱਚ ਲਾਹੌਰ ਤੋਂ ਚੜ੍ਹ ਕੇ ਇੱਥੇ ਆ ਕੇ ਸਾਰੇ ਸਿੱਖ ਘੇਰ ਲਏ, ਅਤੇ ਘੇਰ ਕੇ ਉਸ ਵੱਡੇ ਘੱਲੂਕਾਰੇ ਦੇ ਵਿੱਚ 30-40 ਹਜ਼ਾਰ ਦੀ ਗਿਣਤੀ ਦੱਸਦੇ ਨੇ, 50,000 ਦੀ ਵੀ ਦੱਸਦੇ ਨੇ, ਪਰ ਤਕਰੀਬਨ ਡੇਟਾ ਜਿਹੜਾ 30,000 ਦਾ ਦੱਸਦੇ ਨੇ, 20-25 ਹਜ਼ਾਰ ਦਾ। ਅਤੇ ਉਹ ਅਬਦਾਲੀ ਹੈ ਜਿਹੜਾ, ਇਹ ਇਸ ਕਰਕੇ ਮਾਰ ਕੇ ਸਿੱਖਾਂ ਨੂੰ ਕਹਿਣ ਲੱਗਾ ਵੀ ਹੁਣ ਸਿੱਖਾਂ ਦਾ ਲੱਕ ਤੋੜ ਦਿੱਤਾ, ਮਰਹੱਟੇ ਵੀ ਮਾਰ ਦਿੱਤੇ, ਬਈ ਹੁਣ ਮੈਨੂੰ ਹਿੰਦੁਸਤਾਨ ਦੇ ਵਿੱਚ ਰੋਕਣ ਵਾਲਾ ਕੋਈ ਨਹੀਂ। ਪਰ 3 ਮਹੀਨੇ ਹੋਏ ਸੀ, 3 ਮਹੀਨਿਆਂ ਬਾਅਦ ਸਰਦਾਰ ਭਗੇਲ ਸਿੰਘ, ਕਰੋੜ ਸਿੰਘੀਆਂ ਮਿਸਲ ਨੇ, ਇਹਨਾਂ ਦਾ ਨਿਸ਼ਾਨਾ ਸਰਹੰਦ ਸੀ, ਦਿੱਲੀ 'ਚ ਬਾਅਦ ਜਿਹੜਾ ਪਹਿਲਾਂ ਵੀ ਸਰਹੰਦ ਨੂੰ ਪੱਧਰਾ ਕਰਨਾ, ਇਹਨਾਂ ਨੇ ਜਾ ਕੇ 3-4 ਮਹੀਨਿਆਂ ਬਾਅਦ ਜਾ ਕੇ ਜਨਾਇਆ। ਜੈਨ ਖਾਂ ਜੀ ਨੇ ਸਾਰੇ ਸਿੱਖ ਵੱਡੇ ਘੱਲੂਕਾਰੇ ਦੇ ਵਿੱਚ ਮਾਰੇ ਸੀ, ਇਹਨਾਂ ਨੇ ਜਾ ਕੇ ਜੈਨ ਖਾਂ ਘੇਰ ਲਿਆ, ਜੈਨ ਖਾਂ ਦੀ ਈਨ ਮਨਾ ਕੇ ਸਾਰਾ ਪੈਸਾ ਉਹ ਤੋਂ ਲੈ ਲਿਆ, ਉਹ ਜੁਰਮਾਨਾ ਲਾ ਦਿੱਤਾ। ਅਤੇ ਅਬਦਾਲੀ ਲਾਹੌਰ ਦੇ ਵਿੱਚ ਬੈਠਾ, ਜੀ ਬੰਦਾ ਥੱਲੇ ਦਿਲ ਵੀ ਆਹ ਕੀ ਹੋ ਗਿਆ, ਮੈਂ ਤਾਂ ਕਹਿੰਦਾ ਮਾਰ ਦਿੱਤੇ ਸਿੱਖ, ਇਹਨਾਂ ਨੇ 3 ਮਹੀਨਿਆਂ ਬਾਅਦ ਫਿਰ ਮੈਨੂੰ ਘੇਰ ਲਿਆ, ਅਤੇ ਹੈਰਾਨ ਹੋਇਆ ਹੋਇਆ ਅਬਦਾਲੀ। ਅਤੇ ਇਉਂ ਮਰਹੱਟਾ ਸੀ ਜਿਹੜਾ, ਮਰਹੱਟਾ ਮੰਨਾ ਰਾਵ, ਉਹਨੇ ਦਿੱਲੀ ਦੇ ਆਲੇ ਦੁਆਲੇ ਕੂਚ ਕੀਤਾ, ਅਤੇ ਸਰਦਾਰ ਭਗੇਲ ਸਿੰਘ ਨੇ ਉਹਦੀ ਫੌਜ ਲੰਘ ਜਾਣ ਦਿੱਤੀ, ਹੁਣ ਕਹਿੰਦਾ ਅਸੀਂ ਮਰਹੱਟਿਆਂ ਤੁਹਾਨੂੰ ਕਿਹੜਾ ਰੋਕਣ ਵਾਲਾ, ਉਹਦੀ ਫੌਜ ਵੀ ਲੰਘਣ ਦੇ ਦਿੱਤੀ। ਅਤੇ ਉਵੇਂ ਕੀਤਾ, ਜਦ ਪਟਿਆਲੇ 'ਤੇ ਹਮਲਾ ਕਰਨਾ, ਪਟਿਆਲੇ 'ਤੇ ਆਉਣ ਸੀ ਕਿਉਂਕਿ ਪਟਿਆਲਾ ਰਿਆ ਗੱਡੀ ਸੀ, ਪਟਿਆਲੇ 'ਤੇ ਹਮਲਾ ਕਰ ਆਇਆ, ਉਵੇਂ ਲੰਘਣ ਦੇ ਦਿੱਤਾ, ਜਦ ਪਟਿਆਲੇ ਤੋਂ ਆਇਆ ਮਗਰੋਂ ਫੌਜ ਨੇ ਘੇਰ ਲਿਆ, ਚਾਰੇ ਪਾਸਿਓਂ ਮੰਨਾ ਰਾਵ ਘੇਰ ਲਿਆ, ਉਹਦੀਆਂ ਵੀ ਨੱਕ ਨਾਲ ਲਕੀਰਾਂ ਕੱਢ ਕੇ ਉਹਨੂੰ ਵਾਪਸ ਤੋਰ ਲਿਆ। ਸੋ ਨਾ ਮਰਹੱਟੇ ਬੋਲਣ ਜੋਗੇ, ਨਾ ਰਵੇਲੇ ਬੋਲਣ ਜੋਗੇ, ਨਾ ਰਾਜਪੂਤ ਬੋਲਣ ਜੋਗੇ। ਸੋ ਜਲੰਧਰ ਤੋਂ ਲਾ ਕੇ ਦਿੱਲੀ ਦਾ ਆਲਾ ਦੁਆਲਾ, ਪੀਲੀਭੀਤ, ਅਲੀਗੜ੍ਹ ਤੱਕ ਸਾਰੇ ਦੇ ਸਾਰੇ ਸਿੱਖ ਜਿਹੜੇ ਸਨ, ਰਾਜੇ ਮਹਾਰਾਜੇ ਸਾਰੇ ਦੇ ਸਾਰੇ, ਉਹ ਸਰਦਾਰ ਭਗੇਲ ਸਿੰਘ ਤੋਂ ਪੁੱਛੇ ਬਿਨਾਂ ਕੋਈ ਗੱਲ ਨਹੀਂ ਕਰਦੇ।
ਸੋ ਜਦੋਂ ਇਹੋ 10-15 ਸਾਲ ਦਾ ਸਮਾਂ ਲੰਘਿਆ, ਤਲਵਾਰਾਂ ਇਹਨਾਂ ਦੀਆਂ ਗੂੰਜਦੀਆਂ ਰਹੀਆਂ, ਲਿਸ਼ਦੀਆਂ ਰਹੀਆਂ। ਇਮਾਨਦਾਰ ਸਿੱਖ ਸਨ ਇਹ ਸਾਰੇ। ਅਤੇ ਸਰਦਾਰ ਬਘੇਲ ਸਿੰਘ ਨੇ 87 ਦੇ ਵਿੱਚ 1787 ਦੇ ਵਿੱਚ, ਇਹ ਅਗਸਤ ਦਾ ਮਹੀਨਾ ਹੈ, ਉਸ ਮਹੀਨੇ ਦੇ ਵਿੱਚ ਬਘੇਲ ਸਿੰਘ ਨੇ ਕਿਹਾ ਵੀ ਜੇ ਸਾਰੀਆਂ ਮਿਸਲਾਂ ਨੇ ਨਾ, ਤੁਸੀਂ ਮੇਰੀ ਮਦਦ ਕਰੋ। ਇਸ ਵੇਲੇ ਦਿੱਲੀ ਦੇ ਆਲੇ ਦੁਆਲੇ ਅੰਗਰੇਜ਼ ਪਰੇ ਡਰੇ ਬੈਠੇ ਨੇ, ਦਿੱਲੀ ਦੇ ਆਲੇ ਦੁਆਲੇ ਸਾਰੇ ਮਹਾਰਾਜੇ ਕਰਦੇ ਨੇ, ਇੰਨੇ ਲਤਾੜ ਦਿੱਤੇ ਨੇ। ਸਰਹੰਦ ਦਾ ਸੂਬੇਦਾਰ ਉਹ ਵੀ ਖਤਮ ਕਰ ਦਿੱਤਾ ਵੀ ਜੇ ਤੁਸੀਂ ਮੇਰੀ ਕਰੋ ਦਿੱਲੀ ਦੇ ਉੱਤੇ ਕਬਜ਼ਾ ਕਰਨ ਨੂੰ ਮਿੰਟ ਨਹੀਂ ਲੱਗਣਾ। ਸਾਰੇ ਸਿੱਖਾਂ ਨੂੰ ਕਹਿੰਦੇ ਵੀ ਚੋਵੇਂ ਸਰਦਾਰ ਮੇਰੇ ਕੋਲ ਭੇਜ ਦਿਓ। ਸਾਰੇ ਸਰਦਾਰਾਂ ਨੇ ਸਾਰੀਆਂ ਮਿਸਲਾਂ ਇਕੱਠੀਆਂ ਹੋ ਗਈਆਂ ਅਤੇ ਇਕੱਠੇ ਹੋ ਕੇ ਸਾਰੇ ਸਾਰੇ ਦਿੱਲੀ ਦੇ ਉੱਤੇ ਹਮਲਾ ਕਰ ਦਿੱਤਾ ਜੀ। ਜਿਹੜਾ ਅਜਮੇਰੀ ਗੇਟ ਹੈ, ਇੱਧਰਲੇ ਪਾਸੋਂ ਸਿੰਘ ਗਏ ਸਨ, ਮਜਨੂੰ ਦਾ ਟਿੱਲਾ ਗੁਰਦੁਆਰਾ ਜਿਹੜਾ, ਉੱਥੇ ਸਾਰੀਆਂ ਫੌਜਾਂ ਇਕੱਠੀਆਂ ਹੋਈਆਂ, ਗੁਰੂ ਨਾਨਕ ਸਾਹਿਬ ਦੇ ਸਥਾਨ 'ਤੇ ਉੱਥੇ ਅਰਦਾਸ ਕੀਤੀ ਅਤੇ ਅਜਮੇਰੀ ਗੇਟ ਵਾਲੇ ਪਾਸਿਓਂ ਹਮਲਾ ਕਰ ਦਿੱਤਾ ਅਤੇ ਕਿਲ੍ਹੇ ਦੇ ਉੱਤੇ ਜਦੋਂ ਹਮਲਾ ਕਰਨ ਲੱਗੇ, ਜਿੱਥੇ ਅੱਜ ਕੱਲ੍ਹ ਬੱਸ ਟਰਮੀਨਲ ਦੱਸਦੇ ਨੇ, ਇੱਥੇ ਤੱਕ ਕਿਲ੍ਹੇ ਦੀ ਫਸੀਲ ਸੀ। ਇਹਨੂੰ ਮੋਰੀ ਗੇਟ ਕਿਹਾ ਜਾਂਦਾ। ਮੋਰੀ ਗੇਟ ਤਾਂ ਕਿਹਾ ਜਾਂਦਾ ਵੀ ਕਿ ਕਿਲ੍ਹੇ ਦੀ ਜਿਹੜੀ ਕੰਧ ਟੁੱਟਦੀ ਨਹੀਂ ਸੀ, ਸੋ ਸਿੱਖਾਂ ਨੇ ਮਾਰ ਮਾਰ ਤੋਪਾਂ ਕੰਧ ਤੋੜ ਦਿੱਤੀ, ਮੋਰੀ ਕਰਕੇ ਕਿਲ੍ਹੇ ਦੇ ਅੰਦਰ ਜਾ ਕੇ। ਉਹ ਮੋਰੀ ਗੇਟ ਤਾਂ ਅੱਜ ਤੱਕ ਵੱਜਦਾ। 30,000 ਫੌਜ ਸਰਦਾਰ ਬਘੇਲ ਸਿੰਘ ਦੀ ਅਤੇ ਬਾਕੀ 10,000-15,000 ਆਲੇ ਦੁਆਲੇ ਹੋ ਗਏ, 40-45,000 ਫੌਜ ਸੀ ਜਿਹੜੀ ਉਹ ਦਿੱਲੀ ਦੇ ਉੱਤੇ ਚੜ੍ਹਾਈ ਕੀਤੀ, ਜਿਹੜੀ ਅੱਜ ਦੀ 30,000 ਕੋਟ ਕਹਿੰਦੇ ਨੇ ਨਾ, ਜਿਹੜੀ ਇੱਥੇ ਸਰਦਾਰ ਬਘੇਲ ਸਿੰਘ ਦੀ ਚੋਣੀ ਹੁੰਦੀ ਸੀ। ਦਿੱਲੀ ਦੇ ਵਿੱਚ ਜਿਹੜੀ ਕੋਰਟ ਹੈ ਨਾ, 30,000 ਕੋਰਟ ਕਹਿੰਦੇ, ਇੱਥੇ ਬਘੇਲ ਸਰਦਾਰ ਸਾਹਿਬ ਜੀ ਦੀ ਛਾਉਣੀ ਹੁੰਦੀ ਸੀ। ਇਸ ਛਾਉਣੀ ਦੇ ਵਿੱਚ ਉਹ ਸਾਰੀ ਫੌਜ ਰਹਿੰਦੀ ਸੀ। ਸੋ ਇਹ ਸਾਰੀ ਫੌਜ ਨੇ ਕਿਲ੍ਹੇ ਦੇ ਵਿੱਚ ਹਮਲਾ ਕੀਤਾ, ਬਾਦਸ਼ਾਹ ਬੱਕਰੀ ਵਰਗਾ ਬਣ ਗਿਆ ਅਤੇ ਬਾਦਸ਼ਾਹ ਸ਼ਾਹ ਆਲਮ ਨੇ ਆਪਣਾ ਵਜ਼ੀਰ ਸੀ, ਗੌਹਰ ਸੀ ਉਹਦਾ ਨਾਮ, ਗੌਹਰ ਕਰਕੇ ਵਜ਼ੀਰ ਗੌਹਰ ਨੂੰ ਭੇਜਿਆ ਵੀ ਜਾ ਖਾਲਸੇ ਤੋਂ ਮੇਰਾ ਖਹਿੜਾ ਛਡਾ ਦੇ, ਜੋ ਕੁਝ ਮੰਗਦੇ ਨੇ ਇਹਨਾਂ ਨੂੰ ਦੇ ਦੇ। ਸੋ ਸਰਦਾਰ ਬਘੇਲ ਸਿੰਘ ਬੈਠੇ ਅਤੇ ਲਿਖਤਨਾਮਾ ਹੋਣ ਲੱਗ ਗਿਆ। ਕਹਿੰਦੇ ਕੀ ਚਾਹੀਦਾ ਦੱਸੋ ਜੀ, ਪਰ ਸਾਡਾ ਦਿੱਲੀ ਦਾ ਕਬਜ਼ਾ ਕਰ ਦਿਓ। ਸਰਦਾਰ ਬਘੇਲ ਸਿੰਘ ਕਹਿੰਦਾ ਪਹਿਲੀ ਗੱਲ ਵੀ ਜਿਹੜਾ ਖਰਚਾ ਹੋਇਆ, ਇੰਨਾ ਖਾਲਸਾ ਦੂਰੋਂ ਚੱਲ ਕੇ ਆਇਆ ਘੋੜਿਆਂ ਦੇ ਉੱਤੇ ਚੜ੍ਹ ਕੇ, 3,00,000 ਜੁਰਮਾਨਾ ਦੇ ਦਿਓ। ਉਹਨਾਂ ਸਮਿਆਂ ਦੇ ਵਿੱਚ ਲੱਖਾਂ ਦੇ ਵਿੱਚ ਜੁਰਮਾਨਾ, 3,00,000 ਜੁਰਮਾਨਾ ਬਾਦਸ਼ਾਹ ਦਿੱਲੀ ਆਲਮ ਗੌਹਰ ਦੇ ਉੱਤੇ ਪਾ ਦਿੱਤਾ। ਕਹਿੰਦਾ ਠੀਕ ਹੈ, ਇਹ ਵੀ ਦੇ ਦਾਂਗੇ। ਦੂਜੀ ਗੱਲ, ਆਪਾਂ ਪਿੰਡਾਂ ਦੇ ਵਿੱਚ ਦੇਖਦੇ ਚੁੰਗੀ ਲੱਗੀ ਹੁੰਦੀ ਆ, ਆਪਰਾਈਜ ਨੂੰ ਕਹਿੰਦੇ ਹਾਂ, ਜਿਹੜੀ ਕੋਈ ਫਸਲ ਆਉਂਦੀ ਹੈ, ਜਾਨਵਰ ਵਿਕਣ ਆਉਂਦੇ, ਕੋਈ ਵੀ ਚੀਜ਼ ਵਿਕਣ ਆਉਂਦੀ ਹੈ ਸ਼ਹਿਰ ਦੇ ਵਿੱਚ, ਉਹਦੇ 'ਤੇ ਚੁੰਗੀ ਲਾਉਂਦੀ ਹੈ ਸਿਟੀ ਵਾਲੇ ਲੋਕ ਨੇ। ਕਹਿੰਦਾ ਦਿੱਲੀ ਦੇ ਜਿੰਨੇ ਗੇਟ ਨੇ, ਸੜਕਾਂ ਨੇ, ਜਿੰਨੀ ਚੁੰਗੀ ਹੈ ਨਾ ਹੁੰਦੀ, ਚੁੰਗੀ ਦਾ 37% ਹਿੱਸਾ ਉਹ ਖਾਲਸੇ ਨੂੰ ਦੇਣਾ ਪਊ। 100 ਦੇ ਵਿੱਚੋਂ 37 ਰੁਪਈਏ ਤੈਨੂੰ ਖਾਲਸੇ ਨੂੰ ਦੇਣੇ ਪੈਣ। ਕਹਿੰਦਾ ਇਹ ਵੀ ਚੁੰਗੀ, ਉਹ ਵੀ ਲੈ ਲਿਆ। ਅਤੇ ਕਹਿੰਦਾ ਤੀਜੀ ਗੱਲ, ਇਹ ਜਿੰਨੇ ਗੁਰਦੁਆਰੇ ਨੇ, ਜਿੰਨੇ ਇੱਥੇ ਅਸਥਾਨ ਨੇ ਸਾਡੇ ਗੁਰਾਂ ਦੇ, ਉਹ ਸਾਰੇ ਅਸਥਾਨ ਅਸੀਂ ਲੱਭ ਲੱਭ ਕੇ ਉਹਨਾਂ 'ਤੇ ਗੁਰਦੁਆਰੇ ਬਣਾਉਂਦੇ ਹਾਂ। ਅਤੇ ਮੇਰੇ ਨਾਲ 5,000 ਜਿਹੜੀ 4,000 ਘੋੜ ਸਵਾਰ ਫੌਜ ਨੂੰ ਹਥਿਆਰਬੰਦ ਰਹੂਗੀ, ਇਹ ਸਾਰੇ ਦੇ ਸਾਰੇ ਸਾਰੇ ਗੁਰਦੁਆਰੇ ਬਣਾ ਕੇ ਫਿਰ ਅਸੀਂ ਇੱਥੋਂ ਜਾਵਾਂਗੇ। ਕਹਿੰਦਾ ਮਨਜ਼ੂਰ? ਕਹਿੰਦਾ ਨਹੀਂ ਮਨਜ਼ੂਰ। ਦੋਵੇਂ ਹੱਥ ਜੋੜ ਕੇ ਉਹਨੇ ਲਕੀਰਾਂ ਕੱਢ ਕੇ ਇਹ ਬੇਨਤੀ ਜਬ ਹੁਕਮ ਮੰਨਿਆ ਅਤੇ ਸਾਰੀਆਂ ਗੱਲਾਂ ਇਹਨੇ ਮੰਨ ਕੇ ਮੰਨ ਗਿਆ। ਪੈਸਾ ਵੀ ਦੇ ਦਿੱਤਾ ਅਤੇ ਸਰਦਾਰ ਸਾਹਿਬ ਸਰਦਾਰ ਬਘੇਲ ਸਿੰਘ ਹੋਣੀ ਫਿਰ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰਨ ਲਈ ਚਲੇ ਗਏ। ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਲੱਭ ਲਿਆ, ਮਾਤਾ ਸਾਹਿਬ ਦੇਵਾਂ ਦਾ ਲੱਭ ਲਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਲੱਭ ਲਿਆ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦਾ ਜਿਹੜਾ ਚਾਂਦਨੀ ਚੌਂਕ ਦੇ ਵਿੱਚ ਅਸਥਾਨ ਸੀ ਜਿੱਥੇ ਸ਼ਹੀਦ ਹੋਏ, ਉਹ ਅਸਥਾਨ ਲੱਭੇ ਨਾ। ਉੱਥੇ ਇਹਨਾਂ ਨੇ ਕੀ ਕੀਤਾ ਵੀ ਸਥਾਨ ਬਦਲ ਕੇ ਉੱਥੇ ਮਸੀਤ ਬਣਾ ਦਿੱਤੀ, ਉਹ ਥਾਂ ਲੱਭੇ ਨਾ। ਅਤੇ ਸਰਦਾਰ ਦਾ ਦਿਲ ਤੜਫੇ ਵੀ ਉਹ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਏਡੀ ਵੱਡੀ ਸ਼ਹੀਦੀ ਦਿੱਤੀ ਹੈ, ਉਹ ਸਥਾਨ ਤਾਂ ਜ਼ਰੂਰ ਲੱਭਣਾ। ਆਲੇ ਦੁਆਲੇ ਦਿੱਲੀ ਦੇ ਵਿੱਚ ਹੁਕਮ ਕਰ ਦਿੱਤਾ ਵੀ ਜਿਸ ਕਿਸੇ ਨੂੰ ਵੀ ਪਤਾ ਨਾ ਕੋਈ ਮਹਾਰਾਜ ਦੇ ਵੇਲੇ ਦਾ ਜਿਉਂਦਾ ਆਵੇ, ਉਹਨੂੰ ਮੇਰੇ ਕੋਲ ਲੈ ਕੇ ਆਓ। ਅਤੇ ਜਿਹੜਾ ਮਾਸ਼ਕੀ ਸੀ ਉੱਥੇ, ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਸਿਰ ਧੜ ਨਾਲੋਂ ਅਲੱਗ ਕੀਤਾ, ਉੱਥੇ ਖੂਨ ਵਧਿਆ, ਉਸ ਮਾਸ਼ਕੀ ਨੇ ਉਹ ਖੂਨ ਸਾਫ਼ ਕੀਤਾ ਸੀ। ਉਹਦੀ ਲੜਕੀ ਸੀ ਜਿਹੜੀ, ਉਹ ਬਿਰਧ ਸੀ, ਉਹਨੂੰ ਫੜ ਕੇ ਕੋਲ ਲਿਆਂਦਾ ਸਰਦਾਰ ਬਘੇਲ ਸਿੰਘ ਦੇ। ਉਹ ਕਹਿੰਦਾ ਮਾਈ ਤੂੰ ਇਉਂ ਦੱਸ ਵੀ ਤੈਂ ਇਹ ਥਾਂ ਦੇਖਿਆ? ਕਹਿੰਦੀ ਮੈਂ ਨਿੱਕੀ ਜੀ ਸੀ ਅਤੇ ਮੇਰੇ ਪਿਤਾ ਨੇ ਜਦੋਂ ਇਹ ਸ਼ਹੀਦੀ ਹੋਈ ਹੈ, ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦਾ ਮੁਖੜਾ ਉਹ ਪੂਰਵ ਵੱਲ ਸੀ, ਜਿਹੜੇ ਬਰੋਟੇ ਥੱਲੇ ਸ਼ਹੀਦੀ ਹੋਈ ਹੈ ਉੱਧਰ ਨੂੰ ਸਤਪੁਰਾ ਦਾ ਮੂੰਹ ਕੀਤਾ ਹੋਇਆ ਸੀ, ਕੋਈ ਨਹੀਂ ਸੀ ਆਲੇ ਦੁਆਲੇ
ਪਰ ਜਦੋਂ ਜਨਾਬ ਨੇ ਤਲਵਾਰ ਚਲਾਈ ਹੈ ਸੀਸ ਅੱਡ ਕਰ ਦਿੱਤਾ ਗਿਆ ਅਤੇ ਆਹ ਜਿੱਥੇ ਮਸੀਤ ਡਾਹੀ ਹੈ ਇਸ ਮਸੀਤ ਵਾਲੇ ਥਾਂ ਦੇ ਉੱਤੇ ਇਹਦੇ ਨੇੜੇ ਥਾਂ ਹੈ ਕਹਿੰਦੇ ਆਹ ਥਾਂ ਹੈ ਉਹਨੇ ਦੱਸਿਆ ਕਹਿੰਦੇ ਮੈਂ ਵੀ ਝਾੜੂ ਮਾਰ ਦਊਂਗੀ ਅਤੇ ਜਦੋਂ ਸਰਦਾਰ ਉਸ ਥਾਂ ਨੂੰ ਸਾਫ਼ ਕਰਨ ਲੱਗੇ ਉੱਥੇ ਖੜਾ ਬਣਾਉਣ ਲੱਗੇ ਖੜਾ ਬਣਾ ਦਿੱਤਾ ਤਾਂ ਮੁਸਲਮਾਨ ਜਿਹੜੇ ਲੋਕਲ ਸਨ ਉਹ ਤਲਵਾਰਾਂ ਲੈ ਕੇ ਆ ਗਏ ਹੁਣ 4000 ਅਤੇ ਸੂਰ ਹੋਏ ਅਤੇ ਲੋਕਲ ਮੁਸਲਮਾਨ ਰਾਜ ਮੁਸਲਮਾਨਾਂ ਦਾ ਸਰਦਾਰ ਕਹਿੰਦਾ ਸਰਦਾਰ ਭੁਪਿੰਦਰ ਸਿੰਘ ਕਹਿੰਦੇ ਵੀ ਖਾਲਸੇ ਨੇ ਜਾਣਾ ਨਹੀਂ ਇਸ ਥਾਂ ਨੂੰ ਛੱਡ ਕੇ ਇੱਥੇ ਸਾਰੇ ਮਰ ਜਾਣਗੇ ਵੀ ਇਹ ਥਾਂ ਅਸੀਂ ਲੈਣੀ ਓ ਲੈਣੀ ਜਿਹੜਾ ਵਜ਼ੀਰ ਆਲਮ ਥਾਂ ਆਲਮ ਸ਼ਾਹ ਸੀ ਉਹਨੇ ਫਿਰ ਵਜ਼ੀਰ ਭੇਜਤਾ ਜਾ ਕੇ ਕਹਿੰਦਾ ਵੀ ਇਹ ਫੈਸਲਾ ਕਰਾ ਕੇ ਆ ਵਜ਼ੀਰ ਨੇ ਕੀ ਕੀਤਾ ਵੀ ਖਾਲਸਾ ਜੀ ਤੁਸੀਂ ਥੋੜ੍ਹਾ ਜਿਹਾ ਥਾਂ ਹੋਣ ਹੁਣ ਇਹ ਲੜਾਈ ਝਗੜਾ ਸਮਾਪਤ ਕਰਨ ਖਾਤਰ ਦੇ ਦਿਓ ਸਾਨੂੰ ਸਮਾਂ ਦੇ ਦਿਓ ਹੁਣ ਥੋੜ੍ਹਾ ਜਿਹਾ ਥਾਂ ਤੁਸੀਂ ਛੱਡ ਦਿਓ ਥੋੜ੍ਹਾ ਜਿਹਾ ਥਾਂ ਇਹਨਾਂ ਤੋਂ ਛਡਾ ਦਿਓ ਉਹ ਥਾਂ ਛਡਾ ਕੇ ਖੜਾ ਬਣਾ ਦਿੱਤਾ ਸਰਦਾਰ ਭੁਪਿੰਦਰ ਸਿੰਘ ਨੇ ਖੜਾ ਬਜਾ ਬਣਾ ਦਿੱਤਾ ਅਤੇ ਨਾਲ ਕਹਿੰਦਾ ਵੀ ਨਾਲ ਥਾਂ ਹੈ ਜਿਹੜੀ ਉੱਥੇ ਥਾਂ ਬਣਾ ਕੇ ਬਾਹਰ ਦਾ ਪ੍ਰਕਾਸ਼ ਕਰਨ ਖਾਤਰ ਉੱਥੇ ਹੋਰ ਇੱਕ ਕਮਰਾ ਬਣਾ ਦਿੱਤਾ ਉਹ ਬਣਾ ਦਿੱਤਾ ਕੋਤਵਾਲੀ ਨਾਲ ਸੀ ਉੱਥੇ ਉਹ ਬਣਾ ਦਿੱਤਾ ਅਤੇ ਉੱਥੇ ਬਣਾ ਕੇ ਅਤੇ ਬਾਅਦ ਦੇ ਵਿੱਚ ਉਹ ਕੋਤਵਾਲੀ ਵਜ਼ੀਰ ਵੀ ਸਿੰਘਾਂ ਨੇ ਉੱਥੇ ਉਹ ਥਾਂ ਇਹ ਯਾਦਗਾਰ ਥਾਂ ਬਣੀ ਸੋ ਇਹ ਗੁਰਦੁਆਰਿਆਂ ਦੀ ਸਾਰੀ ਸੇਵਾ ਸੰਭਾਲ ਸਰਦਾਰ ਭੁਪਿੰਦਰ ਸਿੰਘ ਨੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨ ਤੋਂ ਬਾਅਦ ਇਹ ਕੀਤੀ ਫਿਰ ਆ ਗਏ ਅੰਦਰ ਗੁਰਦੁਆਰੇ ਬਣ ਲਏ ਅਤੇ ਜਦੋਂ ਅੰਦਰ ਜਾਣ ਲੱਗੇ ਤਾਂ ਬਾਦਸ਼ਾਹ ਜਿਹੜਾ ਆਲਮ ਸ਼ਾਹ ਸੀ ਉਹ ਕਹਿਣ ਲੱਗਿਆ ਵੀ ਮੈਨੂੰ ਦਰਸ਼ਨ ਦੂਰ ਜ਼ਰੂਰ ਦੇ ਕੇ ਜਾਓ ਤਾਂ ਬਾਦਸ਼ਾਹ ਜਿਹੜਾ ਸਰਦਾਰ ਭੁਪਿੰਦਰ ਸਿੰਘ ਸੀ ਉਹ ਕਹਿੰਦਾ ਵੀ ਤੁਸੀਂ ਉਹ ਬਾਦਸ਼ਾਹ ਲਓ ਤੁਸੀਂ ਮੈਨੂੰ ਅੰਦਰ ਜਾਣ ਨੂੰ ਸੱਦਦੇ ਹੋ ਅਤੇ ਤੁਹਾਡੇ ਅੰਦਰ ਬਾਦਸ਼ਾਹ ਨੇ ਤੁਸੀਂ ਕਹਿੰਦੇ ਵੀ ਹਥਿਆਰ ਲਾ ਕੇ ਆਓ ਘੋੜਿਆਂ 'ਤੇ ਚੜ੍ਹ ਕੇ ਨਹੀਂ ਆਉਣਾ ਅਤੇ ਸਾਨੂੰ ਝੁਕ ਝੁੱਕ ਕੇ ਸਲਾਮਾਂ ਕਰਨੀਆਂ ਨੇ ਨਾ ਅਸੀਂ ਤੁਹਾਨੂੰ ਸਲਾਮ ਕਰਨੀ ਆ ਨਾ ਅਸੀਂ ਘੋੜਿਆਂ ਤੋਂ ਉਤਰਨਾ ਅਤੇ ਤੁਸੀਂ ਕਹਿੰਦੇ ਸ਼ਸਤਰ ਲਾ ਕੇ ਉਹ ਸ਼ਸਤਰਾਂ ਤੋਂ ਬਿਨਾਂ ਅਸੀਂ ਜਿਉਂ ਨਹੀਂ ਸਕਦੇ ਸ਼ਸਤਰ ਪਾਏ ਹੋਣਗੇ ਸਾਡੇ ਅਤੇ ਬਾਦਸ਼ਾਹ ਆਲਮ ਸ਼ਾਹ ਕਹਿੰਦਾ ਮਹਾਰਾਜ ਤੁਸੀਂ ਆਓ ਸਹੀ ਵੀ ਜਿਵੇਂ ਮਰਜ਼ੀ ਆਓ ਸ਼ਸਤਰ ਪਾ ਕੇ ਹੀ ਆਓ ਹਾਥੀਆਂ ਦੇ ਉੱਤੇ ਸਵਾਰ ਹੋ ਕੇ ਨਾਲ ਭਾਈ ਦੁਲਚਾ ਸਿੰਘ ਨਾਲ ਭਾਈ ਸੱਦਾ ਸਿੰਘ ਨਾਲ ਭਾਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਹ ਵੱਡੇ ਵੱਡੇ ਸਰਦਾਰ ਸਾਰੇ ਘੋੜਿਆਂ ਦੇ ਉੱਤੇ ਚੜ੍ਹਦੇ ਗਏ ਅਤੇ ਜਿਹੜਾ ਨਕੀਬ ਸੀ ਨਕੀਬ ਦਾ ਜਿਹੜਾ ਮੂਹਰੇ ਰੌਲਾ ਪਾਉਂਦਾ ਜਾਂਦਾ ਮੂਹਰੇ ਐਲਾਨ ਕਰਦਾ ਜਾਂਦਾ ਹੁੰਦਾ ਅਤੇ ਉਹ ਮੂਹਰੇ ਲੱਗਿਆ ਢੋਲ ਵੱਜਦੇ ਜਾਣ ਅਤੇ ਉੱਚੀ ਉੱਚੀ ਨਕੀਬ ਕਹਿੰਦਾ ਜਾਵੇ ਖਾਲਸਾ ਜੀ ਉਹ ਆ ਰਹੇ ਹਨ ਖਾਲਸਾ ਜੀ ਉਹ ਆ ਰਹੇ ਹਨ ਸਾਰੇ ਚੁੱਪ ਕਰਕੇ ਪਾਸੇ ਹੋ ਗਏ ਅਤੇ ਸਰਦਾਰ ਭੁਪਿੰਦਰ ਸਿੰਘ ਇਹ ਹਾਥੀ ਦੇ ਉੱਤੋਂ ਉਤਰ ਕੇ ਘੋੜੇ ਦੇ ਉੱਤੇ ਸਵਾਰ ਹੋ ਗਏ ਘੋੜੇ 'ਤੇ ਚੜ੍ਹ ਕੇ ਸਾਰੇ ਸਿੰਘ ਕਿਲ੍ਹੇ ਦੇ ਅੰਦਰ ਗਏ ਅਤੇ ਬਾਦਸ਼ਾਹ ਆਲਮ ਸ਼ਾਹ ਜਿਹੜਾ ਜਾ ਕੇ ਜਦੋਂ ਅੰਦਰ ਵੜੇ ਤਾਂ ਸਾਰੇ ਸਿੰਘਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਬਾਦਸ਼ਾਹ ਕਹਿੰਦਾ ਸਾਰੇ ਫਤਿਹ ਬੁਲਾਓ ਸਾਰਿਆਂ ਨੇ ਫਤਿਹ ਬੁਲਾਈ ਅਤੇ ਫਤਿਹ ਬੁਲਾ ਕੇ ਸਰਦਾਰ ਭੁਪਿੰਦਰ ਸਿੰਘ ਦੀ ਕੁਰਸੀ ਪਾਸੇ ਲਾ ਦਿੱਤੀ ਭੁਪਿੰਦਰ ਸਿੰਘ ਕਹਿੰਦਾ ਕੁਰਸੀ ਮੇਰੇ ਪਾਸੇ ਨਾ ਲਾ ਤੇਰੇ ਸਾਹਮਣੇ ਬੈਠਣਾ ਸਰਦਾਰ ਭੁਪਿੰਦਰ ਸਿੰਘ ਨੇ ਬਾਦਸ਼ਾਹ ਆਲਮ ਸ਼ਾਹ ਦੇ ਸਾਹਮਣੇ ਬੈਠ ਕੇ ਕੁਰਸੀ ਲਾਈ ਅਤੇ ਕੁਰਸੀ ਬਿਠਾ ਕੇ ਦੋਵਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਗੱਲਾਂ ਕਰਦੇ ਲੱਗੇ ਕਹਿੰਦੇ ਇਉਂ ਗੱਲਾਂ ਕਰਦੇ ਜਿਵੇਂ ਬੜੇ ਪੁਰਾਣੇ ਦੋਸਤ ਹੁੰਦੇ ਹਨ ਆਲਮ ਸ਼ਾਹ ਕਹਿੰਦਾ ਸਰਦਾਰ ਸਾਹਿਬ ਜੀ ਕਹਿੰਦਾ ਮੈਂ ਸੁਣਿਆ ਸੀ ਕਿਸੇ ਕੋਈ ਡਾਕੂਆਂ ਲਟੇਰੇ ਨੇ ਕਹਿੰਦਾ ਇਹੋ ਜਿਹੇ ਤੁਹਾਡੇ ਚਿਹਰੇ ਨੇ ਨੂਰ ਚਮਕਦਾ ਕਹਿੰਦਾ ਮੈਨੂੰ ਡਾਕੂਆਂ ਲਟੇਰੇ ਵਾਲੀ ਤਾਂ ਕੋਈ ਗੱਲ ਨਹੀਂ ਲੱਗਦੀ ਕਹਿੰਦਾ ਇਹ ਤੁਹਾਡਾ ਪ੍ਰਚਾਰ ਕੀਤਾ ਕਹਿੰਦਾ ਡਾਕੂਆਂ ਲਟੇਰਾ ਸਾਡੇ ਵਿੱਚ ਕੋਈ ਨਹੀਂ ਅਸੀਂ ਤਾਂ ਕਹਿੰਦਾ ਸੇਵਾ ਕਰਨ ਵਾਲੇ ਹਾਂ ਆਪਣੇ ਗੁਰੂ 'ਤੇ ਕੁਰਬਾਨ ਹੋਣ ਵਾਲੇ ਕਹਿੰਦਾ ਫਿਰ ਮੈਨੂੰ ਇੱਕ ਗੱਲ ਦੱਸੋ ਬਈ ਤੁਸੀਂ ਜੱਥੇ ਬਣਾਏ 12 ਤੁਹਾਡੇ ਜੱਥੇ ਬਣਾਏ ਹੋਏ ਨੇ ਅਤੇ ਜੱਥੇ ਆਪਸ ਦੇ ਵਿੱਚ ਲੜਦੇ ਫਿਰਦੇ ਨੇ ਇਹ ਕੀ ਕਾਰਨ ਨਾਲ ਤੁਸੀਂ ਸਾਡੇ ਉੱਤੇ ਹਮਲਾ ਕਰਦੇ ਨਾਲੇ ਆਪਸ ਦੇ ਵਿੱਚ ਲੜਦੇ ਹੋ ਅਤੇ ਸਰਦਾਰ ਭੁਪਿੰਦਰ ਸਿੰਘ ਕਹਿਣ ਲੱਗਿਆ ਆਲਮ ਸ਼ਾਹ ਗੱਲ ਇਹ ਹੈ ਵੀ ਅਸੀਂ ਸਿੱਖ ਜਿਉਂਦੀ ਜਾਗਦੀ ਕੌਮ ਸਿੱਖਾਂ ਨੇ ਗੁਰੂ ਨੇ ਪੈਦਾ ਕੀਤੀ ਰਾਵਾਂ ਨੇ ਜਿਹੜੀਆਂ ਓਪੀਨੀਅਨ ਨੇ ਇਹ ਵੱਖਰੀ ਵੱਖਰੀ ਹੋ ਸਕਦੀ ਪਰ ਸਾਡਾ ਸਾਂਝਾ ਨਿਸ਼ਾਨਾ ਕਹਿੰਦਾ ਇੱਕੋ ਹੀ ਹੈ ਬਈ ਮੁਗਲ ਰਾਜ ਤੁਹਾਡਾ ਰਹਿਣ ਨਹੀਂ ਦੇਣਾ ਨਿਸ਼ਾਨਾ ਸਾਡਾ ਸਾਂਝਾ ਇੱਕੋ ਹੀ ਹੈ ਇਹੀ ਨਿਸ਼ਾਨਾ ਸਾਡਾ ਇਸ ਨਿਸ਼ਾਨੇ ਦੇ ਉੱਤੇ ਅਸੀਂ ਕਾਇਮ ਹੈ ਕਹਿੰਦਾ ਜਦ ਕਿਤੇ ਲੋੜ ਪੈਂਦੀ ਹੈ ਨਾ ਤਾਂ ਸਾਰੀਆਂ ਮਿਸਲਾਂ ਇਕੱਠੀਆਂ ਨੇ ਤੁਹਾਡੇ ਵਿਰੁੱਧ ਅਸੀਂ ਦੁਸ਼ਮਣ ਦੇ ਵਿਰੁੱਧ ਸਾਰੇ ਇਕੱਠੇ ਹਾਂ ਆਪਸ ਦੇ ਵਿੱਚ ਸਾਡੀ ਜਿਵੇਂ ਮਰਜ਼ੀ ਅਸੀਂ ਇਕੱਠੀ ਗਈ ਸੋ ਬਾਦਸ਼ਾਹ ਆਲਮ ਸ਼ਾਹ ਇਹ ਸੁਣ ਕੇ ਬੜਾ ਹੈਰਾਨ ਹੋਇਆ ਦੇਖ ਕੇ ਅਤੇ ਦਿੱਲੀ ਦੇ ਉੱਤੇ ਕਬਜ਼ਾ ਕਰਕੇ ਜਦੋਂ ਅੰਦਰ ਗਏ ਕਿਲ੍ਹੇ ਦੇ ਵਿੱਚ ਬਾਦਸ਼ਾਹ ਆਲਮ ਸ਼ਾਹ ਪਾਸੇ ਹੋ ਗਿਆ ਅਤੇ ਸਿੱਖਾਂ ਨੇ ਹੁਣ ਦਿੱਲੀ ਦੇ ਤਖ਼ਤ 'ਤੇ ਬਿਠਾਈਏ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਕੋਲ ਬੈਠਾ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਕੋਲ ਬੈਠਾ ਸੀ
ਜਸਾ ਸਿੰਘ ਰਾਮਪੁਰ ਗੜੀਆ ਸੀ ਜਿਹੜਾ ਇਹ ਥੋੜ੍ਹਾ ਜਿਹਾ ਵੱਖਰੇ ਕੈੜੇ ਸੁਭਾਅ ਦਾ ਸੀ। ਇਹ ਚਾਹੁੰਦਾ ਸੀ ਮੈਂ ਬੈਠਾ ਤਖਤ ਦੇ ਉੱਤੇ, ਪਰ ਜਿਹੜੇ ਕੁਰਬਾਨੀ ਵਾਲੇ ਸਿੰਘ ਸੀ ਸਰਦਾਰ ਬਘੇਲ ਸਿੰਘ ਅਤੇ ਜਸਾ ਸਿੰਘ ਆਹਲੂਵਾਲੀਆ ਬਘੇਲ ਸਿੰਘ ਕੋਲ ਬੈਠੇ ਅਤੇ ਇਹ ਕਹਿੰਦੇ ਵੀ ਬੈਠ ਜਸਾ ਸਿੰਘ ਤਖਤ ਦੇ ਉੱਤੇ ਬੈਠ। ਦੇਖੋ ਹੁਣ ਤਖਤ ਦੇ ਉੱਤੇ ਬੈਠਣ ਦੀ ਗੱਲ ਸੁਣੋ, ਵੀ ਤਖਤ ਦੇ ਉੱਤੇ ਜਸਾ ਸਿੰਘ ਤੂੰ ਬੈਠ ਤਖਤ ਦੇ ਉੱਤੇ, ਜਸਾ ਸਿੰਘ ਆਹਲੂਵਾਲੀਆ ਜਿਹਦਾ ਸਰੀਰ ਦੇ ਸਾਰੇ ਅੰਗ ਉਹ ਜ਼ਖਮਾਂ ਨਾਲ ਭਰੇ ਹੋਏ ਸਨ ਅਤੇ ਉਹ ਹੱਥ ਜੋੜ ਕੇ ਖੜ੍ਹ ਗਿਆ। ਤਖਤ 'ਤੇ ਬੈਠਣ ਦਾ ਜਦੋਂ ਵੇਲਾ ਆਇਆ ਹੱਥ ਜੋੜ ਕੇ ਖੜ੍ਹ ਗਿਆ ਖਾਲਸਾ, ਉਹ ਕਹਿੰਦਾ ਖਾਲਸਾ ਜੀ ਮੈਂ ਤੁਹਾਡੇ ਘਰ ਦੇ ਵਿੱਚ ਖਾਲਸੇ ਦੇ ਸਾਹਮਣੇ ਕੀਰਤਨ ਕਰਨ ਵਾਲਾ, ਤੁਹਾਡੇ ਜੋੜਿਆਂ ਦੀ ਸੇਵਾ ਕਰਨ ਵਾਲਾ। ਕਹਿੰਦਾ ਤਖਤ 'ਤੇ ਬੈਠਣ ਦੇ ਮੈਂ ਲਾਇਕ ਨਹੀਂ। ਕਹਿੰਦਾ ਮੈਂ ਤੁਹਾਡੇ ਜਾਨਾਂ ਦੀ ਜੋੜਿਆਂ ਦੀ ਸੇਵਾ ਕਰਨ ਵਾਲਾ। ਕਹਿੰਦਾ ਮੈਨੂੰ ਤਖਤ 'ਤੇ ਨਾ, ਮੈਨੂੰ ਮੈਂ ਆਪਣੇ ਜੋੜਿਆਂ ਦੇ ਵਿੱਚ ਵਾਸਾ ਦੇ। ਇੰਨੀ ਨਿਮਰਤਾ, ਇੰਨੀ ਨਿਮਰਤਾ ਖਾਲਸੇ ਦੇ। ਸੋ ਖਾਲਸਾ ਕਹਿੰਦਾ ਵੀ ਬੈਠ ਚਾਹੇ ਨਾ ਬੈਠ, ਤੈਨੂੰ ਅਸੀਂ ਬਾਦਸ਼ਾਹ ਮੰਨ ਲਿਆ। ਉਦੋਂ ਤੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਿਹੜਾ ਬਾਦਸ਼ਾਹ ਕਹਿਣ ਲੱਗ ਪਏ, ਇੰਨੀ ਨਿਮਰਤਾ। ਸੋ ਇਹ ਉਸ ਸਮੇਂ ਦੇ ਜੋ 231 ਸਾਲ ਪਹਿਲਾਂ ਹੋਵੇ, ਉਸ ਸਮੇਂ ਦੇ ਵਿੱਚ ਖਾਲਸੇ ਨੇ ਦਿੱਲੀ ਉੱਤੇ ਰਾਜ ਕੀਤਾ। ਦਿੱਲੀ ਦੇ ਉੱਤੇ ਜਿਹੜਾ ਦਿੱਲੀ ਦਾ ਲਾਲ ਕਿਲ੍ਹਾ, ਇਹਦੇ ਉੱਤੇ ਖਾਲਸੇ ਝੰਡਾ ਜਿਹੜਾ ਲਹਿਰਾਇਆ। ਏਡੀ ਵੱਡੀ ਕੁਰਬਾਨੀ ਹੈ। ਜੇ ਕਿਤੇ ਉਸ ਵੇਲੇ ਸਾਰੀਆਂ ਮਿਸ਼ਨਾਂ ਇਕੱਠੀਆਂ ਹੋ ਜਾਂਦੀਆਂ, ਅੰਗਰੇਜ਼ ਡਰਿਆ ਹੋਇਆ ਦੱਖਣ ਵਾਲੇ ਪਾਸੇ ਵੜਿਆ ਹੋਇਆ ਸੀ ਅਤੇ ਥੋੜ੍ਹੀ ਜਿਹੀ ਹਿੰਮਤ ਮਾਰਦੇ ਦਿੱਲੀ ਦੇ ਵਿੱਚੋਂ ਅੰਗਰੇਜ਼ਾਂ ਨੇ ਡਰ ਜਾਣਾ ਸੀ, ਸਾਰੇ ਹਿੰਦੁਸਤਾਨ 'ਤੇ ਸਿੱਖਾਂ ਦਾ ਰਾਜ ਸੀ। ਪਰ ਕਾਰਨ ਇਹ ਹੋ ਗਿਆ ਵੀ ਆਪਸ ਦੇ ਵਿੱਚ ਸਿੱਖ ਨੇ ਜਿਹੜੇ ਉਹ ਆਪਸ ਦੇ ਵਿੱਚ ਜਿਹੜੀ ਹੈ ਲੜਾਈ ਉਹਨਾਂ ਦੀ ਆਪਸ 'ਚ ਸ਼ੁਰੂ ਹੋ ਗਈ। ਜਦੋਂ ਜਾਇਦਾਦ ਆ ਗਈ, ਜ਼ਮੀਨ ਆ ਗਈ ਕੋਲ, ਜ਼ਮੀਰਾਂ ਆ ਗਈਆਂ, ਫਿਰ ਸਿੱਖਾਂ ਨੇ ਜਿਹੜੀਆਂ ਬਾਉਂਡਰੀਆਂ ਸਨ ਇਹਨਾਂ ਦੀਆਂ ਮਿਸ਼ਨਾਂ ਦੀਆਂ, ਉਹਨਾਂ ਨੂੰ ਵਧਾਉਣ ਲੱਗੇ, ਉਹਨਾਂ ਨੂੰ ਵਧਾਉਣ ਲੱਗੇ ਭਰਾਵਾਂ ਦੇ ਵਿੱਚ ਜੰਗ ਸ਼ੁਰੂ ਹੋ ਗਈ। ਨਸ਼ਾ ਵੀ ਆ ਗਿਆ ਉੱਥੇ। ਇਹ ਚੀਜ਼ਾਂ ਆਉਂਦੀਆਂ ਤਾਂ ਨੇ ਜਦੋਂ ਆਪਾਂ ਗੁਰੂ ਵੱਲੋਂ ਬੇਵਕ ਹੋ ਗਏ, ਗੁਰੂ ਵੱਲੋਂ ਮੁੱਖ ਮੋੜੀ ਹੈ ਨਾ, ਫਿਰ ਸਰੀਰ ਦੇ ਅੰਦਰ ਨਸ਼ਾ ਘਰ ਕਰਦਾ, ਸਰੀਰ ਦੇ ਅੰਦਰ ਪਾਪ ਘਰ ਕਰਦੇ ਨੇ, ਸਰੀਰ ਦੇ ਅੰਦਰ ਬੇਅਦਬੀਆਂ ਹੋਰ ਆ ਜਾਂਦੀਆਂ ਨੇ। ਜਿੰਨਾ ਚਿਰ ਤੱਕ ਆਪਾਂ ਗੁਰੂ ਨੂੰ ਯਾਦ ਰੱਖਦੇ ਹਾਂ, ਸਾਧ ਸੰਗਤ ਗੁਰੂ ਨੂੰ ਯਾਦ ਰੱਖਣ ਕਰਕੇ ਨਸ਼ੇ ਪਾਪ ਹੋਰ ਸਾਰੀਆਂ ਚੀਜ਼ਾਂ ਨੇ ਦੂਰ ਰਹਿੰਦੀਆਂ ਨੇ, ਅਤੇ ਇਹਨਾਂ ਦੇ ਦੂਰ ਰਹਿਣ ਕਰਕੇ ਸਿੱਖ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ। ਅਤੇ ਦਿੱਲੀ ਆ ਜਿਹੜੀ, ਦਿੱਲੀ ਨੂੰ ਇਹੋ ਜਿਹਾ ਦਿੱਲੀ ਦਾ ਹਾਲ ਕੀਤਾ, ਫਿਰ ਸਿੱਖਾਂ ਦਾ ਮੁੱਖ ਹੋਇਆ ਅਬਦਾਲੀ ਮਨ, ਵੀ ਦਿੱਲੀ ਹੈ, ਦਿੱਲੀ ਦਾ ਜਨਮਾਂ ਦੀ ਕੁੱਟਲੀ ਹੈ। ਅਤੇ ਦਿੱਲੀ ਦਾ, ਦਿੱਲੀ ਤੋਂ ਬਾਅਦ ਅਬਦਾਲੀ ਸੀ ਜਿਹੜਾ ਘੱਲੂਘਾਰਾ ਵਾਪਰ ਗਿਆ। ਘੱਲੂਘਾਰੇ ਤੋਂ ਬਾਅਦ ਸਾਰੇ ਸਿੱਖ ਇਕੱਠੇ ਹੋ ਗਏ, ਗੁਰਮਤਾ ਕੀਤਾ ਸਾਰੇ ਪੰਥ ਨੇ, ਨਵਾਬ ਕਪੂਰ ਸਿੰਘ ਜਿਹੜੇ ਸਰਦਾਰ ਬਘੇਲ ਸਿੰਘ ਸਾਰੇ ਇਕੱਠੇ ਹੋ ਗਏ। ਗੁਰਮਤਾ ਇਹ ਹੋਇਆ ਵੀ ਅੱਜ ਤੋਂ ਬਾਅਦ ਨਾ ਤਾਂ ਮੁਗਲਾਂ ਦੀ ਕਚਹਿਰੀ ਦੇ ਵਿੱਚ ਕੋਈ ਸਿੱਖ ਜਾਊਗਾ, ਨੰਬਰ ਇੱਕ। ਦੂਜੀ ਗੱਲ ਬਈ, ਜਿਹੜੀ ਅਬਦਾਲੀ ਹੈ, ਅਬਦਾਲੀ ਦੇ ਨਾਲ ਇੱਕ ਟੁੱਕ ਫੈਸਲਾ ਆਪਾਂ ਨੇ ਕਰਨਾ। ਤੁਸੀਂ ਆਪਣਾ ਪੰਜਾਬੀ ਸੁਭਾਅ ਦੇਖਿਓ, ਬਈ ਆਪਣੇ ਸੁਭਾਅ ਦੇ ਵਿੱਚ ਇੱਕ ਗੱਲ ਗੁਰਾਂ ਨੇ ਪਾਈ ਹੋਈ ਹੈ, ਕੋਈ ਆਪਾਂ ਨੂੰ ਕੁੱਟੀ ਜਾਵੇ, ਕੁੱਟ ਖਾਈ ਜਾਂਦੇ ਹਾਂ, ਖਾਈ ਜਾਂਦੇ, ਜਦ ਹੱਦ ਲੰਘ ਜਾਵੇ ਨਾ, ਇੱਕ ਹੱਦ ਤੋਂ ਲੰਘ ਜਾਵੇ, ਅਤੇ ਫਿਰ ਅਗਲਾ ਮਾਂ ਨਹੀਂ ਦੇਖਦਾ, ਭੈਣ ਨਹੀਂ ਦੇਖਦਾ, ਜ਼ਮੀਨ ਜਾਇਦਾਦ ਸਾਰੀ ਛੱਡ ਦਿੰਦਾ, ਉਹਨੂੰ ਕਹਿੰਦਾ ਡਾਂਗ ਕੱਢ ਕੇ ਕਹਿੰਦਾ ਵੀ ਹੁਣ ਆ ਜਾ ਇੱਕ ਸਿਰਾ ਕਰੇ ਲਈ, ਹੁਣ ਇੱਕ ਸਿਰਾ ਕਰ ਲਈ, ਹੁਣ ਜਾਂ ਉੱਧਰ ਦੇ ਪਾਰ ਜਾਂ ਉੱਧਰ ਦੇ ਪਾਰ, ਇਹ ਆਪਣੇ ਖੂਨ ਦੇ ਵਿੱਚ ਗੱਲ ਹੈ। ਸੋ ਇਹ ਅਣਖ ਦੀ ਗੱਲ ਹੈ। ਉਸ ਵੇਲੇ ਸਿੱਖਾਂ ਨੇ ਇਹ ਫੈਸਲਾ ਕੀਤਾ ਵੀ ਅਬਦਾਲੀ ਨਾਲ ਦੋ ਟੁੱਕ ਫੈਸਲਾ ਕਰਨਾ, ਉਹਦੇ ਨਾਲ ਸਿੱਧੀ ਟੱਕਰ ਲੈਣੀ ਹੈ। ਪਹਿਲਾਂ ਤਾਂ ਗੋਰੀਲਾ ਯੁੱਧ ਲੜਦੇ ਸਨ, ਵੀ ਅਬਦਾਲੀ ਨੇ ਸਾਰਾ ਸਮਾਨ ਲੈ ਜਾਣਾ, ਕੁੜੀਆਂ ਚੱਕ ਕੇ ਲੈ ਜਾਣੀਆਂ, ਬੱਚੇ ਚੁੱਕ ਕੇ ਲੈ ਜਾਣੇ, ਅਤੇ ਟੱਕੇ ਟੱਕੇ ਵਿੱਚ ਜਾ ਕੇ ਦਜੀ ਦੇ ਮੈਦਾਨ ਦੇ ਵਿੱਚ ਵੇਚਣੇ। ਇਹਨਾਂ ਦੀ ਜਿਹੜੀਆਂ ਨਿਲਾਮੀ ਹੁੰਦੀ ਸੀ ਉੱਥੇ, ਇੱਕ ਇੱਕ ਟੱਕੇ ਨੂੰ ਆਪਣੀਆਂ ਕੁੜੀਆਂ ਦਿੱਤੀਆਂ ਰਹੀਆਂ। ਸੋ ਫਿਰ ਇਹਨਾਂ ਨੇ ਹੁਣ ਫੈਸਲਾ ਕਰ ਰਿਹਾ ਵੀ ਸਿੱਧੀ ਟੱਕਰ ਇਹਦੇ ਨਾਲ ਹੋਣੀ, ਜੇ ਇਹਨੂੰ ਮਾਰਤਾ, ਇਹਨੂੰ ਅਬਦਾਲੀ ਨੂੰ ਬਿੱਲਾ ਕਹਿੰਦੇ ਸੀ, ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਇਹ ਸੀ, ਏਡੇ ਵੱਡੇ ਜਰਨੈਲ ਨਾਲ 10,000-20,000 ਸਿੱਖ ਸਨ ਜਿਹੜੇ, ਉਹਨਾਂ ਨੇ ਫੈਸਲਾ ਕਰਨਾ ਵੀ ਸਿੱਧੀ ਟੱਕਰ ਲੈਣੀ ਹੈ। ਉਹ ਲਾਹੌਰ ਬੈਠਾ ਅਤੇ ਇਹਨਾਂ ਨੇ ਸਾਰਿਆਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਅਤੇ ਉੱਥੇ ਸਾਰੇ ਇਕੱਠੇ ਹੋ ਗਏ। ਅਤੇ ਅਬਦਾਲੀ ਨੂੰ ਪਤਾ ਲੱਗਾ ਵੀ ਮੇਰੇ 'ਤੇ ਹਮਲਾ ਹੋ, ਅਤੇ ਉਹ ਲਾਹੌਰ ਤੋਂ ਚੜ੍ਹ ਕੇ ਆ ਗਿਆ ਅਤੇ ਸਾਧ ਸੰਗਤ ਅੰਮ੍ਰਿਤਸਰ ਦੇ ਵਿੱਚ ਫਿਰ ਆਖਰੀ ਜਿਹੜੀ ਜੰਗ ਹੁੰਦੀਆਂ ਨੇ, ਇੰਨੀ ਭਿਆਨਕ ਜੰਗ ਹੋ ਗਈ, ਸਿੱਖ ਸਰਦਾਰ ਕਹਿੰਦੇ ਸਨ ਵੀ ਅੱਜ ਜਾਂ ਮਰ ਗਏ ਜਾਂ ਮਾਰ ਗਏ, ਇੰਨੀ ਜੰਗ ਹੋਈ ਵੀ ਅਬਦਾਲੀ ਇਸ ਜੰਗ ਨੂੰ ਦੇਖ ਕੇ ਤੋਬਾ ਕਰ ਉੱਠਿਆ। ਇੰਨਾ ਭਿਆਨਕ ਡਰਿਆ ਵੀ ਇਹੀ ਤਲਵਾਰ ਖਾਲਸੇ ਦੀ ਚੱਲਦੀ ਹੈ, ਇਹ ਕੀ ਆ ਗਿਆ ਇਹਨਾਂ ਦੇ ਵਿੱਚ,
ਉੱਥੋਂ ਨੱਠ ਕੇ ਉਹ ਰਾਤ ਨੂੰ ਲਾਹੌਰ ਜਾ ਰਹੇ, ਰਾਤ ਨੂੰ ਲਾਹੌਰ ਜਾ ਵੜਿਆ ਤੇ ਉੱਥੇ ਦੇਖਿਆ ਅੱਖਾਂ ਫੋਲ ਫੋਲ ਕੇ ਵੀ ਮੇਰੇ ਹੱਥ ਪੈਰ ਸਾਬਤ ਨੇ। ਫਿਰ ਹੋਰ ਦੇਖੋ ਆਪਣੀ ਕੌਮ ਦੇ ਵਿੱਚ ਇੱਕ ਸਰਦਾਰ ਸੁੱਖਾ ਸਿੰਘ ਹੋਇਆ, ਲਾਹੌਰ ਨੂੰ ਜਾਂਦਾ ਰਸਤੇ ਦੇ ਵਿੱਚ ਜਦੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋ ਗਈ, ਭਾਈ ਮਹਿਤਾਬ ਸਿੰਘ ਚੱਕਰੀ 'ਤੇ ਚੜ੍ਹਾ ਕੇ ਮਾਰ ਦਿੱਤਾ। ਇਹ ਭਾਈ ਮਹਿਤਾਬ ਸਿੰਘ ਦੇ ਨਾਲ ਰਹਿਣ ਵਾਲਾ ਸੀ, ਮਾੜੀ ਕੰਬੋ ਪਿੰਡ ਦਾ ਸਲੂਮ ਆ। ਅਤੇ ਇਹਨੂੰ ਇੰਨਾ ਅਫਸੋਸ ਆ ਵੀ ਮੇਰੇ ਨਾਲ ਰਹਿਣ ਵਾਲਾ ਭਾਈ ਮਹਿਤਾਬ ਸਿੰਘ ਉਹ ਚੜ੍ਹਾਈ ਕਰ ਗਿਆ, ਤਾਰੂ ਸਿੰਘ ਨਾਲ ਮੇਰਾ ਇੰਨਾ ਪਿਆ, ਉਹ ਚੜ੍ਹਾਈ ਕਰ ਗਿਆ, ਮੇਰਾ ਰਹਿਣ ਨੂੰ ਜੀ ਨਹੀਂ ਕਰਦਾ। ਇਹ ਖਾਲਸੇ ਨੂੰ ਕਹਿਣਾ ਕਿ ਖਾਲਸਾ ਜੀ ਮੇਰੇ ਦਿਲ ਮੁੱਕ ਕੇ, ਕਹਿੰਦਾ ਅੱਜ ਜਾਂ ਅਬਦਾਲੀ ਇਹ ਨਹੀਂ ਕਿ ਮੈਂ ਇਹ ਘੋੜਾ ਫੜਿਆ। ਦੇਖੋ ਸੂਰਮੇ ਦਾ ਕੰਮ ਕਹੇ ਜਾਂਦੇ ਨੇ, ਘੋੜਾ ਫੜਿਆ ਅਤੇ ਘੋੜਾ ਫੜ ਕੇ ਤਲਵਾਰ ਫੜੀ, ਤਲਵਾਰ ਕੋਲ ਹੈ, ਘੋੜਾ ਕੋਲ ਹੈ, ਢਾਲ ਕੋਲ ਹੈ, ਅਤੇ ਜਾ ਕੇ ਅਬਦਾਲੀ ਦੇ ਕੈਂਪ ਦੇ ਵਿੱਚ ਜਾ ਵੜਿਆ। ਤਲਵਾਰਾਂ ਵਾਹੁੰਦਾ ਫੜਦਾ ਫੜਦਾ ਜਾ ਕੇ ਉੱਥੇ ਜਾ ਰਿਹਾ ਜਿੱਥੇ ਤਲਵਾਰ ਅਤੇ ਅਬਦਾਲੀ ਬੈਠਾ ਸੀ। ਅਬਦਾਲੀ ਨੇ ਦੇਖਿਆ ਵੀ ਹੈ ਇੱਥੇ ਵੀ ਆਉਣ ਲੱਗ ਗਏ, ਘੋੜੇ 'ਤੇ ਸਵਾਰ ਹੋ ਕੇ ਅਬਦਾਲੀ ਲੜ ਗਿਆ। ਉੱਥੇ ਇਹ ਮੁਗਲਾਂ ਨਾਲ ਲੜਦਾ ਭਾਈ ਸੁੱਖਾ ਸਿੰਘ ਨੇ ਉੱਥੇ ਵੀ ਹੋਇਆ। ਇਹੋ ਜਿਹੇ ਸੂਰਮੇ ਨੇ ਇਕੱਲਾ ਇਕੱਲਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਕਿੰਨੀ ਪਾਬੰਦੀ ਰਹੀ ਹੈ। ਅਤੇ ਉਹਨਾਂ ਨੇ ਕਿਹਾ ਮੁਗਲਾਂ ਦੀ ਇਹ ਨੀਤੀ ਹੁੰਦੀ, ਵੱਡੇ ਵੱਡੇ ਸਰਦਾਰਾਂ ਨੂੰ ਲਲਕਾਰੇ ਮਾਰਦੇ ਵੀ ਆਓ ਤੁਹਾਡਾ ਗੁਰੂ ਹੈ ਜਿਹੜਾ, ਤੁਸੀਂ ਸ਼ੇਰ ਮੰਨਦੇ ਹੋ ਆਪਣੇ ਆਪ ਨੂੰ, ਗੁਰੂ ਦੇ ਸ਼ੇਰ ਹੋ, ਆਓ ਸਾਡੇ ਨਾਲ ਲੜੋ। ਉਹਨਾਂ ਦਾ ਮਤਲਬ ਹੁੰਦਾ ਸੀ ਇਕੱਲਾ ਇਕੱਲਾ ਹੋਵੇ, ਵੱਡੇ ਵੱਡੇ ਸਰਦਾਰਾਂ ਨੂੰ ਫੜ ਫੜ ਕੇ ਮਾਰ ਮਾਰ ਕੇ ਸਿੱਟੀ ਚੱਲੀਏ। ਵੱਡੇ ਵੱਡੇ ਸਰਦਾਰ ਜਾਣਦੇ ਸਨ ਵੀ ਅਸੀਂ ਇਹਨਾਂ ਦੀ ਨੀਤੀ ਨੂੰ ਜਾਣਦੇ, ਗੁਰੂਆਂ ਨੂੰ ਗਾਲਾਂ ਕੱਢਣੀਆਂ, ਮਹਾਰਾਜ ਦੀ ਬਾਣੀ ਨੂੰ ਗਾਲਾਂ ਕੱਢਣੀਆਂ ਵੀ ਇਵੇਂ ਭੱਟ ਪੈਣ ਕੇ ਸਿੱਟੀ ਸਾਡੇ ਨਾਲ ਆ ਕੇ ਲੜਨਗੇ। ਸਰਦਾਰ ਸਾਰੇ ਜਾਣਦੇ ਸਨ ਵੀ ਇਹ ਅਜਿਹੇ ਭੈੜੇ ਕੰਮ ਕਰਨ ਜਾਣਦੇ ਨੇ, ਸਾਨੂੰ ਮਰਾਉਣਾ ਚਾਹੁੰਦੇ ਨੇ, ਐਂ ਨਹੀਂ ਮਰਦੇ ਸੀ। ਇਹਨਾਂ ਨੇ ਲਕਾਰਾ ਮਾਰਿਆ ਵੀ ਜੇ ਤੁਸੀਂ ਸ਼ੇਰ ਹੋ ਨਾ, ਆ ਕੇ ਦਰਬਾਰ ਸਾਹਿਬ ਵਿੱਚ ਇਸ਼ਨਾਨ ਕਰਕੇ ਦਿਖਾਓ। ਇਹੋ ਜਿਹੇ ਵੀ ਸੂਰਮੇ ਦੇ ਸਰਦਾਰ ਸੁੱਖਾ ਸਿੰਘ ਕਹਿੰਦਾ ਲੈ ਮੈਂ ਆਊਂਗਾ, ਆਉਂ ਵੀ ਦਿਨੇ, ਕਹਿੰਦਾ ਮੈਨੂੰ ਰੋਕ ਕੇ ਦਿਖਾਇਆ। ਸਰਾਵਾਲ ਪਾਸਿਓਂ ਸੂਰਮਾ ਗਿਆ ਅਤੇ ਦਰਬਾਰ ਸਾਹਿਬ ਦੇ ਅੰਦਰ ਇਹਨੇ ਸਣੇ ਕੱਪੜੇ ਇਸ਼ਨਾਨ ਕੀਤਾ ਅਤੇ ਇਸ਼ਨਾਨ ਕਰਕੇ ਘੋੜੇ 'ਤੇ ਸਲਵਾਰ ਹੋ ਕੇ ਤਲਵਾਰ ਕੱਢ ਕੇ ਲਲਕਾਰਾ ਮਾਰਿਆ ਜੇ ਤੇਰੀ ਜਾਨ ਹੈ, ਕਹਿੰਦਾ ਰੋਕੋ। ਅਤੇ ਸਿੰਘ ਨਿਕਲ ਗਿਆ ਪੜ੍ਹਦਾ ਪੜ੍ਹਦਾ। ਇਹ ਤੁਹਾਡੇ ਬਜ਼ੁਰਗਾਂ ਦਾ ਸਾਧ ਸੰਗਤ ਇਤਿਹਾਸ ਹੈ, ਇਹ ਉਹਨਾਂ ਗੁਰਮੁਖਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਸਿੱਖੀ ਨੂੰ ਆਪਣੇ ਸਿਰ ਤੋਂ ਉੱਪਰ ਰੱਖਿਆ। ਸੋ ਅੱਜ ਹੈ ਪੂਰਾ ਸਰਕਾਰ ਦਾ ਜ਼ੋਰ ਲੱਗਿਆ ਵੀ ਸਿੱਖਾਂ ਦੇ ਅੰਦਰੋਂ ਰਾਜ ਦੀ ਭਾਵਨਾ ਨਿਕਲ ਜਾਵੇ, ਸਿੱਖਾਂ ਦੇ ਅੰਦਰੋਂ ਅਣਖ ਖਤਮ ਹੋ ਜਾਵੇ। ਸਾਨੂੰ ਇਹ ਹੱਥ ਲਾ ਲਾ ਕੇ ਦੇਖਦੇ ਨੇ ਗੁਰੂ ਦੀ ਬੇਅਦਬੀ ਕਰ ਲਈਏ, ਕੋਈ ਕੋਈ ਡੇਰੇਦਾਰ ਉੱਠ ਪੜਦਾ, ਕੋਈ ਤਿਮਕਾ ਉੱਠ ਦਿੰਦਾ, ਨਮਕਾ ਉੱਠ ਦਿੰਦਾ, ਗੁਰੂ ਮਹਾਰਾਜ ਦੀ ਬੇਅਦਬੀ ਕਰਦੀ ਹੈ। ਤੁਹਾਨੂੰ ਦੇਖਦੇ ਨੇ ਵੀ ਕਿੰਨਾ ਕੁ ਲਾ ਕੇ ਇਹਨਾਂ ਨੂੰ ਜ਼ਹਿਰ ਕਿੰਨੀ ਚੜ੍ਹਦੀ ਹੈ, ਕਿੰਨੇ ਉੱਠਦੇ ਨੇ। ਜਿੰਨਾ ਚਿਰ ਤੱਕ ਸਾਡੇ ਅੰਦਰ ਗੁਰੂ ਦਾ ਸਤਿਕਾਰ ਹੈ, ਗੁਰੂ ਦੀ ਬੇਅਦਬੀ ਅਸੀਂ ਨਹੀਂ ਸਹਾਰ ਸਕਦੇ, ਉਹਨਾਂ ਚਿਰ ਤੱਕ ਤੁਹਾਨੂੰ ਮਾਰਨ ਵਾਲਾ ਕੋਈ ਨਹੀਂ। ਜਿਵੇਂ ਮੁਸਲਮਾਨਾਂ ਨੂੰ ਮੱਕੇ ਤੋਂ ਪਰਾਂ ਕੋਈ ਨਹੀਂ ਹੁੰਦਾ, ਪਰ ਗੁਰੂ ਤੋਂ ਪਰੇ ਕੋਈ ਚੀਜ਼ ਨਹੀਂ ਹੈ। ਜਿਹਨੇ ਗੁਰੂ ਦਾ ਸਤਿਕਾਰ ਕੀਤਾ ਤੇ ਸਤਿਗੁਰੂ ਕਹਿੰਦੇ ਨੇ ਸਿੱਖਾਂ ਤੇਰੇ ਕੋਲ ਸਾਰਾ ਕੁਛ ਮੈਂ ਦੇਣ ਨੂੰ ਤਿਆਰ, ਸਿੱਖ ਕੋਲ ਸਤਿਗੁਰਾਂ ਨੇ ਲੁਕੋਇਆ ਕੀ ਹੈ, ਕਿਹੜੀ ਚੀਜ਼ ਲੁਕੋਈ ਹੈ। ਪੁੱਤਰ ਵਾਰ ਦਿੱਤੇ, ਜ਼ਮੀਨ ਜਾਇਦਾਦ ਸਭ ਕੁਛ ਦੇ ਦਿੱਤੀ ਤੇ ਮਹਾਰਾਜ ਕਹਿੰਦੇ ਨੇ ਖਾਲਸਾ ਜੀ ਮੈਂ ਤੇਰੇ ਮੰਗ ਸੰਗ ਹਾਂ, ਖਾਲਸੇ ਮੈਂ ਹਾਂ ਕਰੋ ਨਿਵਾਸ ਦੇ ਨਾਲ ਤੋਂ ਮੈਂ ਤੇਰੇ ਹਿਰਦੇ 'ਚ ਵੱਸਦਾ, ਤੂੰ ਖਾਲਸਾ ਬਣ ਤਾਂ ਸਹੀ। ਇੱਕ ਗੱਲ 'ਤੇ ਪੱਕਾ ਤਾਂ ਹੈ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਦੇਖੋ ਗੁਰਮੁਖਾਂ ਦੇ ਬਚਨ ਨੇ ਜਿਹੜੇ ਕਿ ਜਨਮ ਸ਼ਬਦ ਗੁਰ ਏਕ ਪੈਂਡਾ ਜਾਏ ਚੰਨ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਖ ਹੈ। ਇੱਕ ਚਰਨ ਮੇਰੇ ਵੱਲ ਤੋਂ ਇੱਕ ਗੱਲ ਤਾਂ ਮੰਨਣਾ ਹੀ, ਮੈਂ ਤੇਰੀਆਂ ਕਰੋੜਾਂ ਮੰਨਣਾ, ਪਰ ਅਸੀਂ ਇੱਕ ਗੱਲ 'ਤੇ ਪੱਕੇ ਨਹੀਂ ਗੁਰੂ ਸਾਡੇ ਨਾਲ ਕਿਵੇਂ ਤੁਰੇ, ਗੁਰੂ ਕਿਵੇਂ ਤੁਰੇ, ਕਿਹੜੀ ਚੀਜ਼ ਦਾ ਘਾਟਾ ਗੁਰੂ ਨੇ ਦਿੱਤਾ। ਜਿੱਦੜੇ ਫਲ ਮਨ ਵਾਂਚੀ ਹੈ ਅਤੇ ਤੁਹਾਡੇ ਸਤਿਗੁਰ ਪਾਪ, ਜਿੰਨੇ ਫਲਾਂ ਦੀ ਆਸ ਰੱਖਦਾ ਉਹ ਸਤਿਗੁਰੂ ਦੇ ਚਰਨਾਂ ਵਿੱਚ ਪੈਣ, ਕਿਹਨੇ ਮਰਜ਼ੀ ਚੱਲ। ਸੋ ਲੋੜ ਹੈ ਆਪਾਂ ਨੂੰ ਕਮਿਟਡ ਹੋਣ। ਇੱਕ ਗੱਲ ਹੈ ਜੀ, ਬਾਣੀ ਪੜ੍ਹਦੇ ਹਾਂ ਰੋਜ਼, ਬਾਣੀ ਪੜ੍ਹਦੇ ਗੁਰਦੁਆਰੇ ਆਉਂਦੇ ਹਾਂ, ਚਾਹੇ ਕੋਈ ਆਵੇ ਚਾਹੇ ਨਾ ਆਵੇ, ਆਪਾਂ ਗੁਰਦੁਆਰੇ ਆਉਣਾ ਹੀ ਆਉਣਾ, ਗੁਰੂ ਦਾ ਸਤਿਕਾਰ ਕਰਨਾ ਹੀ ਕਰਨਾ, ਗੁਰੂ ਦੀ ਬਾਣੀ ਰੱਜ ਕੇ ਪੜ੍ਹਨੀ, ਆਪਣਾ ਆਪ ਸੁਧਾਰਨਾ ਹੀ ਸੁਧਾਰਨਾ। ਸੋ ਜਿਹੜਾ ਇਸ ਤਰੀਕੇ ਨਾਲ ਤੁਰਦਾ ਸਤਿਗੁਰੂ ਦੇ ਹਿਰਦੇ ਅੰਦਰ ਵੱਸਦਾ, ਉਹਨੂੰ ਦਾਨ ਹੁੰਦਾ। ਮੁਸਲਮਾਨਾਂ ਦੇ ਜਿਹੜੇ ਲੋਕ ਨੇ ਨਾ, ਮੁਸਲਮਾਨ ਜਰਮੈਲ ਇਹੋ ਜਿਹੇ ਵੀ ਆਏ ਨੇ, ਇਹੋ ਜਿਹੇ ਮੁਸਲਮਾਨ ਵੀ ਆਏ ਨੇ ਜਿਹੜੇ ਸਿੱਖਾਂ ਨੂੰ ਲੜਦਿਆਂ ਨੂੰ ਦੇਖ ਕੇ ਮੁਸਲਮਾਨਾਂ ਦੀ ਫੌਜ ਛੱਡ ਕੇ ਸਿੱਖਾਂ ਦੇ ਵਿੱਚ ਜਾ ਵੜਦੇ ਸੀ। ਬਈ ਇੰਨੀ ਤਰੀਕੇ ਇਹੋ ਜਿਹੇ ਤਰੀਕੇ ਨਾਲ ਲੜਦਾ ਅਸੀਂ ਕੋਈ ਨਹੀਂ ਦੇਖਿਆ ਨਾ, ਜਾਣ ਕੇ ਕਿਉਂ ਨਹੀਂ ਇਹਨਾਂ ਦੀ ਸ਼ਰਧਾ ਕਿਉਂ ਨਹੀਂ, ਜਾ ਕੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਨੀ,
ਵੀ ਸਤਿਗੁਰੂ ਜੀ ਇਹੋ ਜਿਹੀ ਸਿੱਖੀ ਤਾਂ ਇਹਨਾਂ ਨੂੰ ਦਿੱਤੀ ਇਹੋ ਜਿਹੀ ਸਾਨੂੰ ਵੀ ਇੰਨੇ ਦਲੇਰੀ ਨਾਲ ਔਰ ਇੰਨੇ ਸ਼ਰਧਾ ਨਾਲ ਇੰਨੇ ਪਿਆਰ ਨਾਲ ਗੁਰੂ ਦੀ ਸਿੱਖਾਂ ਨੇ ਪੂਜਾ ਕੀਤੀ। ਸੋ ਸਤਿਗੁਰੂ ਮੇਰਾ ਤੱਕ ਖਾਲਸਾ ਸਾਰੇ ਹੀ ਪਾਸੇ ਇਹ ਦਿਵਸ ਮਨਾ ਰਿਹਾ ਫਤਿਹ ਦਿਵਸ ਨੂੰ ਕਹਿ ਰਹੇ ਹਾਂ। ਦਿੱਲੀ ਦੇ ਉੱਤੇ ਸਿੱਖਾਂ ਨੇ ਕਬਜ਼ਾ ਕੀਤਾ, ਦਿੱਲੀ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਇੱਕ ਉੱਥੇ ਪੁਲ ਮਠਿਆਈ ਹੈ ਦਿੱਲੀ ਦੇ ਵਿੱਚ ਜਾ ਕੇ ਦੇਖਿਓ, ਉਹਦਾ ਇਤਿਹਾਸ ਪੁੱਛ ਕੇ ਦੇਖਿਓ। ਉਸ ਪੁਲ ਦੇ ਉੱਤੇ ਖਾਲਸੇ ਨੇ ਖੜ ਕੇ 30,000 ਫੌਜ 40,000 ਫੌਜ ਸੀ, ਦਿੱਲੀ ਦੀ ਸਾਰੀ ਮਠਿਆਈ ਖਰੀਦ ਕੇ ਉਸ ਪੁਲ ਦੇ ਉੱਤੇ ਲੋਕਾਂ ਨੂੰ ਲੁਟਾ ਦਿੱਤੀ ਵੀ ਖਾਲਸਾ ਦਿੱਲੀ ਦਿੱਲੀ ਮਾਰ ਲਈ, ਲੋਕੋ ਮਠਿਆਈ ਛਕੋ। ਉਸ ਪੁਲ ਦਾ ਨਾਂ ਅੱਜ ਤੱਕ ਪੁਲ ਮਠਿਆਈ ਕਹਿੰਦੇ। 30,000 ਦੀ ਕੋਟ ਹੈ ਜਿਹੜੀ 30,000 ਬਘੇਲ ਸਿੰਘ ਦੀ ਸੋਨੀ। ਸੋ ਸਤਿਗੁਰੂ ਮੇਰਾ ਕਰਨ ਇਹ ਇਤਿਹਾਸ ਇਹ ਅਣਖ ਸਾਡੇ ਅੰਦਰ ਉਵੇਂ ਜਗਦੀ ਰਹੇ, ਇਹ ਦੀਵਾ ਅਣਖ ਦਾ ਉਵੇਂ ਜਗਦਾ ਰਹੇ ਸਾਡੇ ਅੰਦਰ ਸਤਿਗੁਰੂ ਮੇਰਾ ਕਰਨ। ਜੋ ਆਪਾਂ ਜਿਉਂਦਾ ਜਾਗਦਾ ਇਤਿਹਾਸ ਸੁਣਦੇ ਹਾਂ ਸੂਰਮਿਆਂ ਦਾ, ਸਾਡੇ ਅੰਦਰ ਵੀ ਉਹੀ ਜਿਹੜੀ ਜਾਗਦੇ ਜੀਵਦੇ ਜਾਗਦੇ ਹੋਏ ਸੂਰਮੇ ਉਹਨਾਂ ਦੀ ਸਪਿਰਿਟ ਆਵੇ। ਸੋ ਭੁੱਲਾਂ ਗਲਤੀਆਂ ਕਿਵੇਂ ਕਰਨੀ, ਆਓ ਪਤੇ ਗੁਲਾਬੀ ਗੁਰੂ ਚਰਨਾਂ ਦਾ ਆਸਰਾ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।